ਕੋਈ ਕਹਿੰਦਾ ਕਿ ਬੈਗ ਸਿੱਟਿਆ ਜਾਂ ਬੈਗ ਗਿਰ ਗਿਆ ਕੋਈ ਕਹਿੰਦਾ ਨਹੀਂ ਕੋਈ ਚੀਜ਼ ਸੀ ਉੱਥੇ ਸੋ ਇੰਨੀਆਂ ਕਈ ਚੀਜ਼ਾਂ ਅਜੇ ਵੀ ਦੋ ਕੈਮਰੇ ਦੀ ਫੁਟੇਜ ਹਾਸਲ ਨਹੀਂ ਹੋਈ ਸੀ ਪੁਲਿਸ ਨੂੰ ਕਿ ਇੱਕ ਕਾਰਾ ਹੋਰ ਵਾਪਰ ਗਿਆ ਹਾਂ ਜਾਇ ਇਸ ਨੂੰ ਤੁਸੀਂ ਜਲੰਧਰ ਚੋਣਾ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਹੈ ਕਿ ਕੀ ਉਹਦੇ ਹਵਾਲੇ ਨਾਲ ਕੁਝ ਹੈ ਤੇ ਪਰ ਉਹ ਤੋਂ ਬਾਅਦ ਦੁਬਾਰਾ ਵਾਪਰਿਆ ਜਿਹੜਾ ਏ ਹੁਣ ਮਤਲਬ ਕਿ ਸਰਕਾਰ ਦੀ ਸਿਸਟਮ ਦੀ ਪ੍ਰਸ਼ਾਸਨ ਦੀ ਪੁਲਿਸ ਦੀ ਕਿਨ ਲਾਇਕੀ ਦਾ ਵੀ ਨਤੀਜਾ ਬਿਲਕੁਲ ਉਹਦੇ ਵਿੱਚ ਉਹਨਾਂ ਨੇ ਰਾਜਪਾਲ ਨੂੰ ਇੱਕ ਸ਼ਿਕਾਇਤ ਦਿੱਤੀ ਰਾਜਪਾਲ ਨੇ ਇਨਕੁਆਇਰੀ ਕਰਾ ਲਈ ਟ੍ਰੈਸਿੰਗ ਜਾਂਚ ਕਰਾ ਲਈ ਉਹਦੇ ਵਿੱਚੋਂ ਵੀਡੀਓ ਉਹਦੇ ਵਿੱਚ ਉਹ ਬੰਦੇ ਜਿਹੜੇ کردار ਨਿਵਾਉਣ ਵਾਲੇ ਨੇ ਉਹ ਸਹੀ ਪਾਏਗੇ ਜੀ ਵੀਡੀਓ ਨਾਲ ਵੀ ਕੋਈ ਛੇੜਖਾਨੀ ਨਹੀਂ ਹੋਰ ਉਹ ਕਰਦਾਰ ਜਿਨ੍ਹਾਂ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਉਹ ਵੀ ਉਹ ਹੀ ਪਰ ਉਹਨੇ ਵੀਡੀਓ ਘਰੇ ਤਾਂ ਨਹੀਂ ਬਣਾਈ ਉਹਨੇ ਇਹ ਚੀਜ਼ਾਂ ਘਰੇ ਤਾਂ ਨਹੀਂ ਘੜੀਆਂ ਜੇ ਕੁਝ ਹੋਇਆ ਤਾਂ ਹੀ ਉਹ ਸਾਹਮਣੇ ਆਇਆ ਨਾ ਬਿਲਕੁਲ ਸੋ ਇਸ ਲਈ ਇਸ ਪਹਿਲੂ ਨੂੰ ਲੈ ਕੇ ਜੇ ਉਹ ਤੁਹਾਡੇ ਖਿਲਾਫ ਕੁਝ ਲੱਭ ਕੇ ਵੀ ਲਿਆ ਰਿਹਾ ਜੇ ਹਕੀਕਤ ਹੈ ਤਾਂ ਹੀ ਲਿਆਇਆ ਨਾ ਬਿਲਕੁਲ ਵੀਡੀਓ ਕਾਂਡ ਆਊਨ ਨੇ ਇੱਕ ਸਵਾਲ ਖੜਾ ਕਰਤਾ ਹੈ ਪਹਿਲੀ ਤੇ ਗੱਲ ਤਾਂ ਇਹ ਕਿ 27 ਅਪ੍ਰੈਲ ਨੂੰ ਐਫ ਆਈ ਆਰ ਦਰਜ ਹੋਈ ਆ ਜੀ ਤੇ ਹੁਣ ਉਹਦੇ ਚ ਜਾ ਕੇ ਗੈਰ ਜ਼ਮਾਨਤੀ ਧਾਰਾ ਜੋੜ ਦਿੱਤੀ ਗਈ ਹੈ ਕਿ ਹੁਣ ਗ੍ਰਿਫਤਾਰੀ ਸੰਭਵ ਹੈ ਜੇ ਜ਼ਮਾਨਤ ਾਲੀ ਧਾਰਾ ਨਹੀਂ ਰਹੀ ਉਹਦੇ ਵਿੱਚ ਇਸ ਲਈ ਮਸਲਾ ਤਕਲੀਫ ਹੁਣ ਕਟਾਰੂ ਚੱਕ ਦੀ ਵੀਡੀਓ ਕਟਾਰੂ ਚੱਕ ਦੇ ਖਿਲਾਫ ਸ਼ਿਕਾਇਤ ਕਟਾਰੂ ਚੱਕ ਦੇ ਖਿਲਾਫ ਆਇਆ ਉਹ ਮੁੰਡਾ ਇਹ ਸਾਰਾ ਏ ਜੋ ਕਾਰਾ ਕਰਦਾ ਤੁਹਾਡਾ ਮੰਤਰੀ ਦੇ ਉੱਤੇ ਵੀਡੀਓ ਰਾਜਪਾਲ ਨੇ ਸਾਬਤ ਕੀਤੀ ਐ ਸਾਬਤ ਨਹੀਂ ਕੀਤੀ ਨਾ ਅਸੀਂ ਦੇਖੀ ਨਾ ਸਾਡੇ ਕੋਲ ਆਈ ਸਾਨੂੰ ਕੀ ਪਤਾ ਪਰ ਇੱਕ ਸ਼ਿਕਾਇਤ ਗਈ ਸ਼ਿਕਾਇਤ ਤੇ ਰਾਜਪਾਲ ਨੇ ਜਾਂਚ ਕਰਾ ਲਈ ਜਾਂਚ ਉਹ ਸਹੀ ਪਾਈ ਗਈ ਤੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਮੇਰੇ ਕੋਲ ਤਾਂ ਜੇ ਕੁਛ ਆਇਆ ਹੀ ਨਹੀਂ ਕਿਉਂ ਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਸੰਭਵ ਹੋ ਸਕਦੀ ਹੈ ਹੈ ਉਸ ਦੀ ਘੇਰਾਬੰਦੀ ਕਰ ਲਈ ਗਈ ਆ ਔਰ ਇਧਰ ਕਟਾਰੂ ਚੱਕ ਵਾਲੇ ਮਾਮਲੇ 'ਚ ਸਰਕਾਰ ਆਪਣਾ ਪੱਲਾ ਬਚਾਉਣ ਨੂੰ ਫਿਰਦੀ ਆ ਦਾ ਹੁਣ ਜਲੰਧਰ ਖੇਤਰ ਦੇ ਵਿੱਚ ਇਹਨਾਂ ਦੇ ਲਈ ਮੁਸ਼ਕਲ ਹੋ ਗਈਆਂ ਉਹਨੀਆਂ ਵੋਟਾਂ ਮੰਗਣੀਆਂ ਕਿਉਂਕਿ ਹਰ ਬੰਦਾ ਇਸ ਵੀਡੀਓ ਦੀ ਗੱਲ ਕਰਦਾ ਰਾਜਪਾਲ ਵੱਲੋਂ ਲਾਈ ਗਈ ਮੋਹਰ ਦੀ ਗੱਲ ਕਰਦਾ ਕਿ ਰਾਜਪਾਲ ਨੇ ਇਹਨੂੰ ਸਹੀ ਠਹਿਰਾਤਾ ਵੀਡੀਓ ਸਹੀ ਹੈ ਚਾਹੇ ਸੁਖਪਾਲ ਖੈਰਾ ਆਮ ਆਦਮੀ ਦੇ ਖਿਲਾਫ ਇੱਕ ਰਾਜਨੀਤੀ ਕਰ ਰਿਹਾ ਹੋਵੇ ਪਰ ਜਿਹੜੇ ਤੱਥ ਲੈ ਕੇ ਆਉਂਦਾ ਜੇ ਉਹ ਝੂਠੇ ਨੇ ਤਾਂ ਗੱਲ ਕਰਨਾ ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਪੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਤਿੰਦਰ ਕੌਰ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਸ਼ੁਕਰੀਆ ਜਤਿੰਦਰ ਜੀ ਸਾਰੇ ਦਰਸ਼ਕ ਦੀਪਕ ਜੀ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੀ ਸ਼ੁਰੂਆਤ ਵੱਡੀ ਤੇ ਅਹਿਮ ਖਬਰ ਤੋਂ ਕਰ ਲੈਨੇ ਆ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਟਰੀਟ ਤੇ ਦੋ ਤਮਾਕੇ ਹੋਏ ਨੇ 32 ਘੰਟਿਆਂ ਦੇ ਵਿੱਚ ਦੋ ਤਮਾਕੇ ਹੋਏ ਨੇ ਤੇ ਤਮਾਕਾ ਹੋਣ ਦੇ ਕਾਰਨਾਂ ਦਾ ਪਤਾ ਅਜੇ ਨਹੀਂ ਲੱਗ ਸਕਿਆ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਹਲਵਾਈ ਦੀ ਦੁਕਾਨ ਹੈ ਉਸ ਦੇ ਵਿੱਚ ਚਿਮਨੀ ਫਟ ਗਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੁਲਿਸ ਅਜੇ ਵੀ ਕਾਰਨਾਂ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਬਿਲਕੁਲ ਪਿਛਲੇ 33 ਘੰਟਿਆਂ ਦੇ ਵਿੱਚ ਦੋ ਤਮਾਕੇ ਸੱਚਕੰਸ਼ੀ ਦਰਬਾਰ ਸਾਹਿਬ ਤੋਂ ਮਾਤਰ 800 ਮੀਟਰ ਦੀ ਦੂਰੀ ਤੇ ਜਿਹੜੀ ਉਹ ਇਹ ਇਤਿਹਾਸਕ ਗਲੀ ਹੈ ਇਤਿਹਾਸਕ ਰਸਤਾ ਹੈ ਜਿਹਨੂੰ ਹੈਰੀਟੇਜ ਸਟਰੀਟ ਦਾ ਨਾਮ ਦਿੱਤਾ ਗਿਆ ਸੋ ਉਸ ਦੇ ਉੱਤੇ ਲਗਭਗ 800 ਮੀਟਰ ਦਰਵਾਰ ਸਾਹਿਬ ਦੇ ਗਲਿਆਰੇ ਤੋਂ ਬਾਹਰ ਜਾ ਕੇ ਪਹਿਲਾ ਸ਼ਨੀਵਾਰ ਦੀ ਰਾਤ ਨੂੰ 11:30 ਵਜੇ ਇੱਕ ਧਮਾਕੇ ਦੀ ਖਬਰ ਮਿਲਦੀ ਹੈ ਤੇ ਉਸ ਸਮੇਂ ਕਹਿੰਦੇ ਨਹੀਂ ਜੀ ਚਿਵਨੀ ਚੋ ਧਮਾਕਾ ਹੋ ਗਿਆ ਜੀ ਗੈਸ ਇਕੱਠੀ ਹੋ ਗਈ ਜੀ ਉਹ ਦਾ ਧਮਾਕਾ ਜੀ ਤੇ ਉੱਥੇ ਪੁਲਿਸ ਆ ਗਈ ਸਾਰੇ ਲੋਕ ਫਿਰੀ ਗਏ ਉੱਥੇ ਕੁਝ ਕਣ ਜਿਹੜੇ ਵਿਖਰੇ ਸੀ ਉਹ ਇਕੱਠੇ ਵੀ ਕਰ ਲਏ ਉਹ ਪਾਊਡਰ ਸੀਗਾ ਥੱਲੇ ਉਹਦੇ ਪਰੇ ਆਪੇ ਪੈਰ ਲੈ ਕੇ ਫਰੀ ਗਏ ਆ 8-10 ਘੰਟੇ ਬਾਅਦ ਤਾਂ ਉਹਨੂੰ ਮਤਲਬ ਕਿ ਇਹਨਾਂ ਨੇ ਬੈਰੀਗੇਟਿੰਗ ਕੀਤੀ ਆ ਜੀ ਸੋ ਉਸ ਤੋਂ ਬਾਅਦ ਫਿਰ ਚਲੋ ਸਭਰਾ ਕੁਝ ਨਾਰਮਲ ਹੋ ਗਿਆ ਕਿ ਠੀਕ ਹੈ ਜੀ ਜਾਂਚ ਆ ਗਈਆਂ ਟੀਮਾਂ ਆ ਗਈਆਂ ਲੈ ਕੇ ਸੈਂਪਲ ਪਰ ਅੱਜ ਆ ਸੋਮਵਾਰ ਦੀ ਸਵੇਰੇ ਮਤਲਬ 6 ਵਜੇ ਦੇ ਕਰੀਬ ਫੇਰ ਇੱਕ ਧਮਾਕਾ ਲਗਭਗ ਉਸੇ ਥਾਂ ਦੇ ਉੱਤੇ ਕਿਉਂਕਿ ਪਹਿਲਾਂ ਵੀ ਸਾਰਾ ਗੜੀ ਵਾਲੀ ਸਰਾਂ ਦੀ ਜਿਹੜੀ ਉਹ ਇੱਕ ਖੇਤਰ ਪੈਂਦਾ ਉਹਦੇ ਪਾਰਕਿੰਗ ਦੇ ਤਰ੍ਹਾਂ ਉੱਥੇ ਖਿਡਕੀਆਂ ਖੁਡਕੀਆਂ ਟੁੱਟੀਆਂ ਤੇ ਉਹ ਕੱਚ ਟੁੱਟਣ ਨਾਲ ਪੰਜ ਛੇ ਜਣੇ ਜ਼ਖਮੀ ਹੋਏ ਤੇ ਹੁਣ 23 ਘੰਟਿਆਂ ਬਾਅਦ ਦੁਬਾਰਾ ਉਸੇ ਖੇਤਰ 'ਚ ਧਮਾਕਾ ਮੈਂ ਕੁਝ ਰਿਪੋਰਟਰਾਂ ਦੇਖ ਰਿਹਾ ਸੀਗਾ ਮੈਂ ਉਹਦੇ ਹਵਾਲੇ ਨਾਲ ਜੇਕਰ ਗੱਲ ਕਰਾਂ ਤਾਂ ਉਹ ਕਹਿੰਦੇ ਕਿ ਉਤੋਂ ਜਿਹੜਾ ਏਰੀਆ ਹੈ 800 ਮੀਟਰ ਦੂਰ ਹੈ ਮਾਤਰ ਜੀ ਤੇ 32 ਘੰਟੇ ਮਤਲਬ ਸ਼ਨੀਵਾਰ ਦੀ ਰਾਤ ਤੇ ਐਤਵਾਰ ਦੀ ਸਵੇਰ ਚੜ੍ਹ ਰਹੀ ਸੀ ਜਦੋਂ ਰਾਤ ਨੂੰ ਸਾਢੇ 11 12 ਵਜੇ ਤੋਂ ਪਹਿਲਾਂ ਉਹ ਤਮਾਕੇ ਦੀ ਉੱਥੇ ਗੱਲ ਆਉਂਦੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਫੁਟੇਜ ਲੱਭੀ ਜਾਂਦੀ ਆ ਉਹ ਫੁਟੇਜ ਦੇ ਹਵਾਲੇ ਨਾਲ ਫਿਰ ਇਹ ਤੱਥ ਹੁੰਦੇ ਨੇ ਕਿ ਨਹੀਂ ਇਹ ਕੋਈ ਤਮਾਕਾ ਹੀ ਹੈ ਕਿਸੇ ਚੀਜ਼ ਕੋਈ ਕਹਿੰਦਾ ਕਿ ਬੈਗ ਸਿੱਟਿਆ ਜਾਂ ਬੈਗ ਗਿਰ ਗਿਆ ਕੋਈ ਕਹਿੰਦਾ ਨਹੀਂ ਕੋਈ ਚੀਜ਼ ਸੀ ਉੱਥੇ ਸੋ ਇੰਨੀਆਂ ਕਈ ਚੀਜ਼ਾਂ ਅਜੇ ਵੀ ਦੋ ਕੈਮਰੇਆਂ ਦੀ ਫੁਟੇਜ ਹਾਸਲ ਨਹੀਂ ਹੋਈ ਸੀ ਪੁਲਿਸ ਨੂੰ ਕਿ ਇੱਕ ਕਾਰਾ ਹੋਰ ਵਾਪਰ ਗਿਆ ਸੋ ਇਸ ਮਾਮਲੇ ਸਾਹਮਣੇ ਹੁਣ ਆ ਰਿਹਾ ਕਿ ਤੁਰੰਤ ਉੱਥੇ ਮੌ ਉੱਤੇ ਜਦ ਇਹ ਜਦੋਂ ਇਹ ਘਟਨਾ ਦੁਬਾਰਾ ਸਾਹਮਣੇ ਆਈ ਤਾਂ ਤਦ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਉੱਥੇ ਖੁਦ ਡੀਸੀਪੀ ਏਸੀਪੀ ਉਹ ਸਾਰੇ ਉੱਥੇ ਮੌਜੂਦ ਨੇ ਸੋ ਪੁਲਿਸ ਕਮਿਸ਼ਨਰ ਨੌਨਿਹਾਲ ਖੁਦ ਉੱਥੇ ਪਹੁੰਚ ਗਏ ਨੇ ਤੇ ਉਹ ਸਾਰਾ ਏਰੀਆ ਸੀਲ ਕਰ ਦਿੱਤਾ ਗਿਆ ਜਿਹੜਾ ਬਾਬਾ ਸਾਹਿਬ ਅਮੀਦਕਰ ਤੋਂ ਲੈ ਕੇ ਜਿਹੜਾ ਮਤਲਬ ਕਿ ਇੱਕ ਰਸਤਾ ਉਹਨਾਂ ਰਾਹ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਬੁੱਤ ਲੱਗਿਆ ਉਹ ਸਾਰਾ ਏਰੀਆ ਹੁਣ ਬੰਦ ਕਰ ਦਿੱਤਾ ਗਿਆ ਸੀਲ ਕਰ ਦਿੱਤਾ ਗਿਆ ਤੇ ਹੁਣ ਇਹਦੀ ਜਾਂਚ ਕੀਤੀ ਜਾ ਰਹੀ ਕਿ ਇਹਦੇ ਪਿੱਛੇ ਹੈ ਕਿਉਂਕਿ ਪਿਛਲਾ ਜਿਹੜਾ ਧਮਾਕਾ ਸੀਗਾ ਜਿਹੜਾ ਸ਼ਨੀਵਾਰ ਦੀ ਰਾਤ ਨੂੰ ਹੋਇਆ ਉਹਦੇ ਵਿੱਚ ਮੰਨਿਆ ਜਾ ਰਿਹਾ ਸੀਗਾ ਕਿ ਪੋਟਾਸ਼ੀਅਮ ਨਾਈਟ੍ਰੇਟ ਉਹ ਹੈਗਾ ਜਾਂ ਪਾਊਡਰ ਹੈਗਾ ਉਹ ਹੈ ਜਾਂ ਕੁਝ ਹੈ ਨਾ ਤੇ ਉਹਦੀ ਉਹਦੇ ਪੱਖੋਂ ਵੀ ਦੇਖਿਆ ਜਾ ਰਿਹਾ ਸੀਗਾ ਕਿ ਇਹਦੇ ਪਿੱਛੇ ਕੌਣ ਹੈ ਤੇ ਹੁਣ ਮਾਤਰ 23 ਘੰਟੇ ਜਦੂਹਾ ਧਮਾਕਾ ਸੋ ਇਸ ਦੇ ਪਿੱਛੇ ਕੀ ਮਨਚਾ ਜੀ ਇਹ ਕੋਈ ਮਤਲਬ ਕਿ ਜੇ ਇਹ ਜੇ ਕੋ ਸੁਰੱਖਿਆ ਦਸਤੇ ਮਜ਼ਬੂਤ ਨੇ ਪ੍ਰਬੰਧ ਮਜ਼ਬੂਤ ਨੇ ਉਹਦੇ باوجود ਵੀ ਜੇਕਰ ਉੱਥੇ ਕੀ ਇਹ ਜਿਹੜਾ ਪਦਾਰਥ ਲਿਆਂਦਾ ਗਿਆ ਕੋਈ ਕਿ ਜਿਹਨੂੰ ਉੱਥੇ ਲਿਆ ਕੇ ਧਮਾਕੇ ਦਾ ਰੂਪ ਦਿੱਤਾ ਗਿਆ ਜੇਕਰ ਉਹਦੇ ਵਿੱਚੋਂ ਮਸ਼ੀਨਾਂ ਚੋਂ ਲੰਘੇ ਤਾਂ ਕਿਸੇ ਜਿਹਦੇ ਵਿੱਚ ਨਾ ਆਵੇ ਸੋ ਕੀ ਇਹ ਸਿਰਫ ਇੱਕ ਸੰਕੇਤ ਦੇਣ ਲਈ ਡਰਾਉਣ ਲਈ ਕੋਈ ਸੰਕੇਤ ਹੈ ਹਾਂ ਜਾਂ ਇਸ ਨੂੰ ਤੁਸੀਂ ਜਲੰਧਰ ਚੋਣਾ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਹੈ ਕਿ ਕੀ ਉਹਦੇ ਹਵਾਲੇ ਨਾਲ ਕੁਝ ਹੈ ਪਰ ਦਰਬਾਰ ਸਾਹਿਬ ਦਾ ਬਾਹਰਲਾ ਏਰੀਆ ਔਰ ਖਾਸ ਕਰਕੇ ਪਿਛਲੇ ਦਿਨਾਂ ਚ ਵਾਪਰੀਆਂ ਵੇਦਵਿਦੀਆਂ ਘਟਨਾਵਾਂ ਇਹ ਸਾਰਾ ਕੁਝ ਕੜੀਆਂ ਜੋੜਨ ਦੀ ਵੀ ਕੋ ਲੋੜ ਹੈ ਕਿ ਕਿਤੇ ਇਹਦੇ ਪਿੱਛੇ ਕੋਈ ਮਨਸ਼ਾ ਦਾ ਨਹੀਂ ਕੰਮ ਕਰ ਰਹੀ ਕੀ ਇਹਦਾ ਕਾਰਨ ਸੋ ਇਸ ਲਈ ਬਿਲਕੁਲ ਇਹ ਬੜੀ ਫਿਕਰਵੰਦ ਵਾਲੀ ਗੱਲ ਹੈ ਪੁਲਿਸ ਪਹਿਲਾਂ ਪੁਲਿਸ ਨੇ ਚੌਕਸੀ ਨਹੀਂ ਦਿਖਾਈ ਇਸ ਲਈ ਉਹ ਕਹਿੰਦੇ ਕਿ ਉਹਨਾਂ ਨੂੰ ਉਸ ਏਰੀਆ ਨੂੰ ਜਦੇ ਸੀਲ ਕਰ ਲੈਣਾ ਚਾਹੀਦਾ ਸੀ ਹੁਣ ਦੁਬਾਰਾ ਉੱਥੇ ਦੇ ਕਹਿੰਦੇ ਸੀਵਰੇਜ ਵੀ ਚੈੱਕ ਕਰ ਰਹੇ ਨੇ ਜੀ ਹੁਣ ਦੁਬਾਰਾ ਇਹ ਸਵਾਲੇ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ ਕੈਮਰਿਆਂ ਚ ਕਿ ਕੌਣ ਕੌਣ ਲੋਕ ਉੱਥੇ ਆਏ ਕਿਹੜੇ ਰੁਕੇ ਕਿਹੜੇ ਲੰਘੇ ਉਹਨਾਂ ਦੀ ਤੇ ਦੂਸਰੇ ਦੋ ਕੈਮ ਕੈਮਰੇ ਦੀ ਜਿਹੜੀ ਫੁਟੇਜ ਨਹੀਂ ਮਿਲੀ ਸੀ ਉਹ ਫੁਟੇਜ ਹਾਸਲ ਕਰਨ ਲਈ ਰਾਤ ਕਹਿ ਦਿੱਤਾ ਗਿਆ ਪੁਲਿਸ ਨੇ ਤਾਂ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਚਾਹੇ ਉਹ ਬੰਬ ਰੋਧਕ ਦਸਤੇ ਨੇ ਚਾਹੇ ਉਹ ਉੱਥੇ ਫਰੈਂਸਿਕ ਜਾਂਚ ਸਾਡੀ ਜਿਹੜੀਆਂ ਵੱਡੀਆਂ ਲੈਬੋਰੀਟਰੀਆਂ ਨੇ ਉਹਨਾਂ ਦੇ ਨੁਮਾਇंदे ਨੇ ਚਾਹੇ ਪੁਲਿਸ ਦਸਤੇ ਨੇ ਉਹ ਵੱਡੀ ਤਦਾਦ ਦੇ ਵਿੱਚ ਉੱਥੇ ਪਹੁੰਚ ਗਏ ਨੇ ਤੇ ਉਹ ਸਾਰਾ ਹੁਣ ਖੇਤਰ सील ਕਰ ਕਿ ਉਹਦੀ ਜਾਂਚ جاری ਹੈ ਕਿ ਇਹਦੇ ਪਿੱਛੇ ਕੀ ਕਰ ਹੋ ਸਕਦਾ ਸੋ ਵੱਡੇ ਪਹਿਲੂ ਨੇ ਕਿਉਂਕਿ ਪਹਿਲਾਂ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਸੀਗਾ ਕਿ ਉੱਥੇ ਕਿਤੇ ਜਿਹੜਾ ਚਿਮਨੀ ਹੈ ਜੀ ਉਹਦੀ ਗੈਸ ਹੋਊਗੀ ਜੀ ਫਿਰ ਕਹਿੰਦੇ ਨਹੀਂ ਜੀ ਮਤਲਬ ਕਿ ਇਹਦੇ ਪਿੱਛੇ ਸ਼ਾਇਦ ਕੋਈ ਵੈਸੇ ਹੀ ਪਟਾਕਾ ਹੋ ਲ ਗਿਆ ਜੀ ਕੋਈ ਬਿਜਲੀ ਦਾ ਨਾ ਹੋਵੇ ਸ਼ਾਰਟ ਸਰਕਟ ਸੋ ਸਾਰੇ ਹਿੱਲੇ ਜਦੋਂ ਨਹੀਂ ਲੱਭੇ ਫਿਰ ਉਹਨਾਂ ਦੀ ਨਜ਼ਰ ਜਾਂਦੀ ਕਿ ਨਹੀਂ ਥੱਲੇ ਪਾਊਡਰ ਵਿਖਰਿਆ ਕੁਝ ਕਣ ਵਿਖਰੇ ਨੇ ਕਿਸ ਚੀਜ਼ ਦੇ ਉਹ ਹੁਣ ਜਾਂਚ ਲਈ ਭੇਜ ਦਿੱਤੇ ਗਏ ਨੇ ਤੇ ਪਰ ਉਹ ਤੋਂ ਬਾਅਦ ਦੁਬਾਰਾ ਵਾਪਰਿਆ ਜਿਹੜਾ ਇਹ ਹੁਣ ਮਤਲਬ ਕਿ ਸਰਕਾਰ ਦੀ ਸਿਸਟਮ ਦੀ ਪ੍ਰਸ਼ਾਸਨ ਦੀ ਪੁਲਿਸ ਦੀ ਕਿਨ ਲਾਇਕੀ ਦਾ ਵੀ ਨਤੀਜਾ ਬਿਲਕੁਲ ਕਿ ਜੇਕਰ ਉਸ ਥਾਂ ਤੇ ਵਪਰੇਦ ਨੂੰ ਤੁਸੀਂ ਦੁਬਾਰਾ ਜਾਂਚ ਨਹੀਂ ਕੀਤੀ ਉਸ ਤਰ੍ਹਾਂ ਜੀ ਅਜੇ ਪੂਰੀ ਇਹਦੀ ਪੜਚੋਲ ਹੀ ਨਹੀਂ ਕਰ ਸਕੀ ਕਿ ਇਥੇ ਦੁਬਾਰਾ ਕੋਈ ਆਇਆ ਕਿ ਦੁਬਾਰਾ ਕਿਸੇ ਨੇ ਅੰਜਾਮ ਦਿੱਤਾ ਜਾਂ ਪਹਿਲਾਂ ਹੀ ਇਹ ਜਿਹੇ ਪਦਾਰਥ ਪਏ ਸੀਗੇ ਕਿ ਜਿਹੜਾ ਇੱਕ ਤੋਂ ਬਾਅਦ ਦੂਸਰਾ ਹੋ ਗਿਆ ਸੋ ਇਸ ਲਈ ਕਿ ਉਸ ਸਮੇਂ ਜਾਂਚ ਨਹੀਂ ਹੋਈ ਜਾਂ ਅਜੇ ਵੀ ਉਹ ਖੇਤਰ ਨੂੰ ਹੋਰ ਗੋਆ ਨਾਲ ਵਚਨ ਦੀ ਲੋੜ ਹੈ ਕਿਹੜਾ ਇੱਥੇ ਤੱਕ ਪਹੁੰਚ ਗਿਆ ਕਿਤੇ ਹੋਰ ਤੱਕ ਵੀ ਜਾ ਸਕਦਾ ਹੈ ਹੈ ਵੈਸੇ ਕੱਲ ਅੰਮ੍ਰਿਤਸਰ ਦੇ ਵਿੱਚ ਦੁਰਗਾਣਾ ਮੰਦਿਰ ਵਾਲਿਆਂ ਦਾ ਜਿਹੜਾ ਗੋਦਾਮ ਹੈ ਜੀ ਹੈ ਉਹਦੇ ਵਿੱਚ ਵੀ ਖਾਸੀ ਅੱਗ ਜਣੀ ਹੋਈ ਉਹ ਕਹਿੰਦੇ ਜੀ ਇਹ ਮਤਲਬ ਕਿ ਲਖਣਾ ਪਈਆਂ ਸੀ ਜੀ ਇਸ ਲਈ ਉਹਨੂੰ ਅੱਗ ਹੁਣ ਉਹ ਉੱਥੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਹ ਇੱਕ ਰੁਟੀਨ ਕੋਈ ਕਾਰਵਾਈ ਕਰਨ ਹੋ ਗਿਆ ਕਿਸੇ ਨਗਹਿਲੀ ਕਰਨ ਵਾਪਰ ਗਿਆ ਕਿਸ ਕਾਰਨ ਅੱਗ ਲੱਗੀ ਇਹਦੇ ਪਿੱਛੇ ਵੀ ਕੋਈ ਸੋ ਇਹ ਅਸਲੀ ਸਾਰੀਆਂ ਗੱਲਾਂ ਜਦੋਂ ਕੜੀ ਵੱਜ ਜੁੜਦੀਆਂ ਤਾਂ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ ਇਹਦੇ ਨਾਲ ਸਰਕਾਰ ਦੇ ਅਕਸ ਤੇ ਵੀ ਅਸਰ ਪੈਂਦਾ ਸੁਰੱਖਿਆ ਤੇ ਉੱਤੇ ਵੀ ਅਸਰ ਪੈਂਦਾ ਔਰ ਪੁਲਿਸ ਵੀ ਸਵਾਲਾਂ ਦੇ ਘੇਰੇ ਚ ਆਉਂਦੀ ਔਰ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਉਸ ਨੂੰ ਉਸ ਨਜ਼ਰੀਏ ਤੋਂ ਜਾਂਚ ਕਿਉਂ ਨਹੀਂ ਕੀਤੀ ਉਸ ਨਜ਼ਰੀਏ ਤੋਂ ਉਹਨੂੰ ਘੇਰਾ ਬੰਦੀ ਕਿਉਂ ਨਹੀਂ ਕੀਤੀ ਉਸ ਨਜ਼ਰੀਏ ਤੋਂ ਉਸ ਇਲਾਕੇ ਦੀ ਛਾਣ ਵੀ ਉਹਨੂੰ ਕਿਉਂ ਨਹੀਂ ਕੀਤੀ ਇਹ ਵੱਡਾ ਸਵਾਲ ਹੈ ਸੋ 32 ਘੰਟਿਆਂ ਚ ਦੋ ਧਮਾਕੇ ਦਰਬਾਰ ਸਾਹਿਬ ਦੇ ਬਿਲਕੁਲ 800 ਮੀਟਰ ਦੀ ਦਾਇਰੇ ਇਹ ਫਿਕਰਮੰਦੀ ਵਾਲੀ ਗੱਲ ਹੈ ਔਰ ਅੱਜ ਪੂਰੀ ਚੌਕਸਾ ਉੱਥੇ ਪੂਰੀ ਅੰਮ੍ਰਿਤਸਰ ਵੱਲ ਨੂੰ ਜਾਂਦੇ ਰਸਤਿਆਂ ਦੇ ਉੱਤੇ ਵੀ ਦਰਬਾਰ ਸਾਹਿਬ ਕਣੀ ਨੂੰ ਜਾਂਦੇ ਰਸਿਆਂ ਦੇ ਉੱਤੇ ਵੀ ਅਲੱਗ-ਅਲੱਗ ਉਸ ਖੇਤਰ ਦੇ ਉੱਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ ਚੈਕਿੰਗ ਵਧਾ ਦਿੱਤੀ ਗਈ ਹੈ ਪਰ ਜੋ ਇਹ ਘਟਨਾ ਕਰਮਾਪਰੀ ਹੈ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਇਹਦੇ ਪਿੱਛੇ ਕੌਣ ਸੀ ਕੀ ਸੀ ਕਿਹਜਾ ਪਦਾਰਥ ਸੀ ਕਿੰਨੀ ਕੋ ਦੀ ਮਾਰ ਸੀ ਕਿਉਂਕਿ ਹੁਣ ਜਿਹੜਾ ਸਵੇਰੇ ਵਾਪਰਿਆ ਉਸ ਸਮੇਂ ਉੱਥੇ ਭੀੜ ਬਿਲਕੁਲ ਵੀ ਨਹੀਂ ਹੁੰਦੀ ਲਗਭਗ ਉਸ ਸਮੇਂ ਉਸ ਖੇਤਰ 'ਚ ਨਹੀਂ ਹੁੰਦੀ ਦਰਬਾਰ ਸਾਹਿਬ ਵਾਲੇ ਪਾਸੇ ਬਹੁਤ ਜ਼ਿਆਦਾ ਹੁੰਦੀ ਆ ਤੋ ਇਸ ਲਈ ਉੱਥੇ ਭੀੜ ਨਹੀਂ ਸੀ ਪਰ ਜਦੋਂ ਪਹਿਲੀ ਰਾਤ ਨੂੰ ਜਦੋਂ ਵਾਪਰਿਆ ਉਸ ਦਿਨ ਵੀ ਰਾਤ 11:30 ਪਾਉਣੇ ਵਾਲੇ ਟਾਈਮ 'ਤੇ ਇਸ ਲਈ ਭੀੜ ਥੋੜੀ ਘੱਟ ਸੀ ਪਰ ਉਹ ਕੱਚ ਦੇ ਨਾਲੇ ਨੁਕਸਾਨ ਹੋਇਆ ਹੁਣ ਵਿਸਪੋਰਟ ਕਿੰਨਾ ਸ਼ਕਤੀਸ਼ਾਲੀ ਸੀ ਇਹ ਜਾਂਚ ਦੇ ਵਿੱਚ ਉਹ ਕਹਿੰਦੇ ਜੀ ਇੰਨਾ ਤਖਤਵਰ ਹੁੰਦਾ ਜੀ ਤਾਂ ਕੰਧਾਂ ਹਿੱਲ ਜਾਂਦੀਆਂ ਕੰਧਾਂ ਫੱਟ ਜਾਂਦੀਆਂ ਸਵਾਲ ਬੱਦ ਤਾਕਤ ਦਾ ਘਟ ਤੱਕ ਦਾ ਨਹੀਂ ਸਵਾਲ ਵਿਸਪੋਰਦਾ ਕਿ ਉਸ ਖੇਤਰ ਚ ਹੋਇਆ ਕਿਉਂ ਕੌਣ ਇਹਦੇ ਪਿੱਛੇ ਆ ਉਹਦੇ ਪਿੱਛੇ ਮਨਸ਼ਾ ਕੀ ਹੈ ਜਾਂਚ ਦਾ ਵਿਸ਼ਾ ਹੈ ਬਿਲਕੁਲ ਬਿਲਕੁਲ ਤਾਂ ਦੇਖੋ ਜੀ ਇਸੇ ਤਰ੍ਹਾਂ ਸੁਖਪਾਲ ਖਹਿਰਾ ਦੀ ਆਪਾਂ ਗੱਲਬਾਤ ਕਰੀ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਦੱਸਦੇ ਆ ਕਿ ਮੈਨੂੰ ਪੁਲਿਸ ਦੀਆਂ ਟੀਮਾਂ ਕਿਸੇ ਵੇਲੇ ਵੀ ਮੈਨੂੰ ਫੜ ਸਕਦੀਆਂ ਨੇ ਮੈਨੂੰ ਗ੍ਰਿਫਤਾਰ ਕਰ ਸਕਦੀਆਂ ਤੇ ਨਾਲ ਹੀ ਉਹਨਾਂ ਨੇ ਇਹ ਖਦਸ਼ਾ ਜਿਤਾਇਆ ਕਿ ਮੇਰੇ ਤੇ ਝੂਠਾ ਮੁਕੱਦਮਾ ਵੀ ਦਰਜ ਕੀਤਾ ਜਾ ਸਕਦਾ ਹੈ ਤੇ ਮੇਰੀ ਗ੍ਰਿਫਤਾਰੀ ਦੀ ਵੀ ਤਿਆਰੀ ਹੈ ਕਿਵੇਂ ਦੇਖਦੇ ਹਾਂ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਹ ਕਹਿਣਾ ਕਿ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਆਖਿਰ ਕਿਸ ਮਾਮਲੇ 'ਚ ਦੇਖੋ ਜਤਿੰਦਰ ਜੀ ਜਿਹੜਾ ਤਾਂ ਵੀਡੀਓ ਦਾ ਮਾਮਲਾ ਜੀ ਉਦੇ ਵਿੱਚ ਉਹਨਾਂ ਨੇ ਰਾਜਪਾਲ ਨੂੰ ਇੱਕ ਸ਼ਿਕਾਇਤ ਦਿੱਤੀ ਰਾਜਪਾਲ ਨੇ ਇਨਕੁਆਇਰੀ ਕਰਾ ਲਈ ਟ੍ਰੈਸਿੰਗ ਜਾਂਚ ਕਰਾ ਲਈ ਉਹਦੇ ਵਿੱਚੋਂ ਵੀਡੀਓ ਉਹਦੇ ਵਿੱਚ ਉਹ ਬੰਦੇ ਜਿਹੜੇ ਕਿਰਦਾਰ ਨਿਭਾਉਣ ਵਾਲੇ ਨੇ ਉਹ ਸਹੀ ਪਾਏ ਗਏ ਵੀਡੀਓ ਨਾਲ ਵੀ ਕੋਈ ਛੇੜਖਾਨੀ ਨਹੀਂ ਹਮਮ ਔਰ ਉਹ ਕਿਰਦਾਰ ਜਿਨ੍ਹਾਂ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਉਹ ਵੀ ਉਹੀ ਨੇ ਤੇ ਰਾਜਪਾਲ ਨੇ ਉਸ ਨੂੰ ਸਹੀ ਮਾਰ ਕੇ ਕਿ ਭਾਈ ਵੀਡੀਓ ਸਹੀ ਆ ਕਾਰਵਾਈ ਕਰੋ ਹ ਇਹ ਇਹਦੇ ਬਣਦਾ ਜੋ ਤੁਹਾਨੂੰ ਲੱਗਦਾ ਹੈ ਉਸ ਦੇ ਲਈ ਮ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਭੇਜਦਾ ਤੇ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਦੀ ਹੁਣੇ ਵਖਰੀ ਅਲੱਗ ਕੇ ਪੰਜਾਬ ਸਰਕਾਰ ਚੋਣਾ ਚੜ੍ਹ ਜੀ ਆ ਉਹਦਾ ਧਿਆਨ ਉਧਰ ਹੈ ਇਸ ਲਈ ਉਹ ਟਾਲਣਾ ਚਾਹੁੰਦੀ ਹੈ ਸਾਰੇ ਮਸਲੇ ਨੂੰ ਹਾਂ ਪਰ ਜਿੱਥੋਂ ਤੱਕ ਸੁਖਪਾਲ ਖਹਿਰਾ ਦਾ ਮਾਮਲਾ ਹੈ ਠੀਕ ਹੈ ਸੁਖਪਾਲ ਖਹਿਰਾ ਕਿਸੇ ਸਮੇ ਆਮ ਆਦਮੀ ਪਾਰਟੀ ਚ ਰਹੇ ਜੀ ਸੁਖਪਾਲ ਖਹਿਰਾ ਕਿਸੇ ਸਮੇ ਆਮ ਆਦਮੀ ਪਾਰਟੀ ਚ ਰਹਿੰਦੇ ਆ ਵਿਰੋਧੀ ਧਿਰ ਦੇ ਲੀਡਰ ਰਹੇ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਚ ਰਹਿੰਦੇ ਕਿਸੇ ਸਮੇ ਮੁੱਖ ਮੰਤਰੀ ਦੇ ਉਮੀਦਵਾਰ ਦੀ ਡੋਰ ਚ ਰਹੇ ਜੀ ਸੋ ਠੀਕ ਹੈ ਉਹਨਾਂ ਦੀ ਤਕਲੀਫ ਹੋ ਸਕਦੀ ਹੈ ਉਹ हां के हां ਵੀ ਐ ਅੱਜ ਮੈਂ ਉੱਥੇ ਹੁੰਦਾ ਤਾਂ ਮੈਂ ਆ ਹੁੰਦਾ ਅੱਜ ਮੈਂ ਵਿੱਚ ਹੁੰਦਾ ਤਾਂ ਮੇਰਾ ਆ ਰਤਬਾ ਹੁੰਦਾ ਜਾਂ ਮੈਂ ਇਹਨਾਂ ਨੂੰ ਬਖਸ਼ਣਾ ਨਹੀਂ ਜਾਂ ਮੈਂ ਇਹਨਾਂ ਨੂੰ ਰਗੜਨਾ ਮੈਂ ਕਹਿੰਦਾ ਸਾਰੀਆਂ ਮਨਛਾਵਾਂ ਜੋ ਸਵਾਲ ਖੜੇ ਆ ਆਦਮੀ ਕਰਦੀ ਐ ਇਸ ਕੋਲ ਖੈਰ ਦੇ ਮਾਮਲੇ 'ਚ ਉਹ ਬਿਲਕੁਲ درست ਨੇ ਜੀ ਪਰ ਉਹਨੇ ਵੀਡੀਓ ਘਰੇ ਤਾਂ ਨਹੀਂ ਬਣਾਈ ਉਹਨੇ ਇਹ ਚੀਜ਼ਾਂ ਘਰੇ ਤਾਂ ਨਹੀਂ ਘੜੀਆਂ ਜੇ ਕੁਝ ਹੋਇਆ ਤਾਂ ਹੀ ਉਹ ਸਾਹਮਣੇ ਆਇਆ ਨਾ ਬਿਲਕੁਲ ਸੋ ਇਹ ਇਸ ਲਈ ਇਸ ਪਹਿਲੂ ਨੂੰ ਲੈ ਕੇ ਜੇ ਉਹ ਤੁਹਾਡੇ ਖਿਲਾਫ ਕੁਝ ਲੱਭ ਕੇ ਵੀ ਲਿਆ ਰਿਹਾ ਜੇ ਹਕੀਕਤ ਆ ਤਾਂ ਹੀ ਲਿਆਇਆ ਨਾ ਬਿਲਕੁਲ ਸੋ ਇਹ ਇਸ ਲਈ ਉਸ ਮਸਲੇ ਤੇ ਹੁਣ ਕੀ ਰਵੰਦੀ ਹੁਣ ਕਹਿੰਦੇ ਜੀ ਕਿ ਸੁਖਪਾਲ ਖੇੜੀ ਦੀ ਗ੍ਰਿਫਤਾਰੀ ਤਿਆ ਜੀ ਪਰਚਾ ਉਹਦੇ ਤੇ ਪਹਿਲਾਂ ਹੋਇਆ ਵਾ ਪੁਲਤ ਖੇਤਰ ਚ ਹੋਇਆ ਵਾ ਐਸਡੀਐਮ ਦੀ ਸ਼ਿਕਾਇਤ ਤੇ ਹੋਇਆ ਵਾ ਕਿ ਜੀ ਮੇਰੇ ਦਫਤਰ ਮੂਰੇ ਆਇਆ ਸੀ ਮੈਨੂੰ ਧਮਕਾਇਆ ਸੀ ਹੈ ਮੈਨੂੰ ਡਰਾਇਆ ਸੀ ਮੇਰੀ ਬਿਨਾਂ ਇਜਾਜ਼ਤ ਤੋਂ ਮੈਨੂੰ ਲਾਈਪੇਜ ਤੇ ਦਿਖਾਇਆ ਸੀ ਉਹ ਸਾਰਾ ਕੁਝ ਹੈ ਜੀ ਇਹ ਬੰਦੇ ਲੈ ਕੇ ਆਇਆ ਸੀ ਉਹ ਕਣਕ ਦੀ ਖਰੀਦ ਦਾ ਮਾਮਲਾ ਸਾਰਾ ਕੁਝ ਉਸ ਨੂੰ ਲੈ ਕੇ ਧਰਨਾ ਮਜਹਰਾ ਸੀ ਹੈ ਨਾ ਸੋ ਇਸ ਲਈ ਕਹਿੰਦੇ ਜੀ ਕਿ ਉਹ ਐਸਡੀਐਮ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਕੋਲ ਵੀ ਚਲੀ ਗਈ ਐਸਟੀਐਮ ਦੀ ਸ਼ਿਕਾਇਤ ਮੁੱਖ ਮੰਤਰੀ ਸਾਹਿਬ ਕੋਲ ਵੀ ਚਲੀ ਗਈ ਉਹਦੇ ਉੱਤੇ ਕ ਪਰ ਹੁਣ اچانک ਵਿੱਚ ਵੀਡੀਓ ਕਾਂਡ ਆ ਗਿਆ। ਵੀਡੀਓ ਕਾਂਡ ਆਉਣ ਨੇ ਇੱਕ ਸਵਾਲ ਖੜਾ ਕਰਤਾ ਹੈ ਪਹਿਲੀ ਤੇ ਗੱਲ ਤਾਂ ਇਹ ਕਿ 27 ਅਪ੍ਰੈਲ ਨੂੰ ਐਫ ਆਈ ਆਰ ਦਰਜ ਹੋਈ ਆ ਉਹ। ਜੀ। ਤੇ ਹੁਣ ਉਹਦੇ 'ਚ ਜਾ ਕੇ ਗੈਰ ਜ਼ਮਾਨਤੀ ਧਾਰਾ ਜੋੜ ਦਿੱਤੀ ਗਈ ਹੈ ਕਿ ਹੁਣ ਗ੍ਰਿਫਤਾਰੀ ਸੰਭਵ ਹੈ ਜੇ ਜ਼ਮਾਨਤ ਵਾਲੀ ਧਾਰਾ ਨਹੀਂ ਰਹੀ ਉਹਦੇ ਵਿੱਚ। ਸੋ ਇਸ ਲਈ ਮਸਲਾ ਤਕਲੀਫ ਹੁਣ ਕਟਾਰੂ ਚੱਕ ਦੀ ਵੀਡੀਓ ਕਟਾਰੂ ਚੱਕ ਦੇ ਖਿਲਾਫ ਸ਼ਿਕਾਇਤ ਕਟਾਰੂ ਚੱਕ ਦੇ ਖਿਲਾਫ ਆਇਆ ਉਹ ਮੁੰਡਾ। ਜੀ। ਇਹ ਸਾਰਾ ਏ। ਤੇ ਉਸ ਨੂੰ ਜੋੜਿਆ ਹੁਣ ਇਸ ਕਦਰ ਜਾ ਰਿਹਾ ਕਿ ਜੀ ਐਸਐਮ ਨੂੰ ਧਮਕਾਇਆ ਸੀ ਸੋ ਇਸ ਲਈ ਬਕਾਇਦਾ ਸੁਖਵਾਲ ਖੈਰ ਉਹਨੇ ਮੈਨੂੰ ਲੱਗਾ ਜਨਤਕ ਤੌਰ ਤੇ ਵੀ ਟਵੀਟ ਕਰਕੇ ਵੀ ਮੀਡੀਆ ਚਾੱਕ ਕੇ ਵੀ ਜਾਂ ਆਪਣੇ ਪੇਜ ਤੇ ਆ ਕੇ ਵੀ ਕਹਤਾ ਕਿ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਮੇਰੇ ਨਾਲ ਖੜਨਗੇ ਮੈਨੂੰ ਉਮੀਦ ਹੈ ਮੇਰੀ ਪਾਰਟੀ ਮੇਰੇ ਨਾਲ ਖੜੂਗੀ ਹੈ ਉਹ ਕਹਿੰਦਾ ਮੇਰੀ ਗ੍ਰਿਫਤਾਰੀ ਸੰਭਵ ਹੈ ਕਿਸੇ ਵੀ ਸਮੇਂ ਮੈਨੂੰ ਡਰਾਇਆ ਜਾ ਰਿਹਾ ਹੈ ਮੇਰੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਸੋ ਇਹ ਕਿਹੜਾ ਟੰਗ ਤਰੀਕਾ ਕੀ ਇਹਦਾ ਮਤਲਬ ਸਿੱਧਾ ਸਿੱਧਾ ਕਿ ਤੁਸੀਂ ਸਰਕਾਰ ਨੂੰ ਸਵਾਲ ਨਾ ਕਰੋ ਜੀ ਬਿਲਕੁਲ ਤੁਸੀਂ ਦੀ ਸਰਕਾਰ ਦੀਆਂ ਖਾਮੀਆਂ ਜੇਕਰ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਬਿਲਕੁਲ ਵੀ 0% ਟੋਲਰੈਂਟ ਮਨਜ਼ੂਰ ਨਹੀਂ ਕਰਾਂਗੇ ਸਾਡਾ ਬੰਦਾ ਕੋਈ ਵੀ ਕਿਸੇ ਸ਼ੱਕੀ ਘਰੇ ਚੋਂਦਾ ਤੇ ਆ ਤਾਂ ਮਨੁੱਖੀ ਸਿਸਟਮ ਦੇ ਉਲਟ ਹੈ ਮਨੁੱਖੀ ਵਰਤਾਰੇ ਦੇ ਉਲਟ ਹੈ ਜੋ ਕਾਰਾ ਕਰਦਾ ਤੁਹਾਡਾ ਮੰਤਰੀ ਦੇ ਉੱਤੇ ਵੀਡੀਓ ਰਾਜਪਾਲ ਨੇ ਸਾਬਤ ਕੀਤੀ ਐ ਸਾਬਤ ਨਹੀਂ ਕੀਤੀ ਨਾ ਅਸੀਂ ਦੇਖੀ ਨਾ ਸਾਡੇ ਕੋਲ ਆਈ ਸਾਨੂੰ ਕੀ ਪਤਾ ਸੋ ਪਰ ਇੱਕ ਸ਼ਿਕਾਇਤ ਗਈ ਸ਼ਿਕਾਇਤ ਤੇ ਰਾਜਪਾਲ ਨੇ ਜਾਂਚ ਕਰਾ ਲਈ ਜਾਂਚ ਉਹ ਸਹੀ ਪਾਈ ਗਈ ਤੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਮੇਰੇ ਕੋਲ ਤਾਂ ਜੇ ਕੁਛ ਆਇਆ ਹੀ ਨਹੀਂ ਠੀਕ ਹੈ ਜੇ ਹੁਣ ਆ ਵੀ ਆਊਗਾ ਦਫ਼ਤਰ ਚ ਆਊਗਾ ਅਗਲੇ ਤਾਂ ਰੋਡ ਸ਼ੋਅ ਚ ਬਿਜੀ ਨੇ ਅਗਲੇ ਤਾਂ ਵੋਟਾਂ ਮੰਗਣ ਸਰਕਾਰ ਸਰਕਾਰ ਥੋੜਾ ਸਰਕਾਰ ਤਾਂ ਵੋਟਾਂ ਲੱਗਣ ਮੰਗਣ ਦੇ ਲੱਗੀ ਹੋਈ ਆ ਆਹੀ ਹਾਲ ਦੇਸ਼ ਦੇ ਪ੍ਰਧਾਨ ਮੰਤਰੀ ਦਾ ਉਹ ਕਰਨਾਟਕਾ ਨੂੰ ਤੋਂ ਰਿਹਾ ਕਿ ਹਾਂ ਮੈਂ ਕਿਸੇ ਤਰ੍ਹਾਂ ਵੋਟਾਂ ਇਕੱਠੀਆਂ ਕਰ ਲਵਾਂ ਸੋ ਰੋਡ ਸ਼ੋਅ ਤੋ ਇਸ ਲਈ ਜਿਹੜੀਆਂ ਆ ਚੀਜ਼ਾਂ ਨੇ ਨੇ ਉਹ ਸੀਜ਼ਾਂ ਨੇ ਸਵਲ ਖੜੇ ਕੀਤੇ ਤੇ ਸੁਖਪਾਲ ਖੈਰਾ ਦੀ ਗ੍ਰਿਫਤਾਰੀ ਦੀ ਸੁਭਾਵਨਾ ਬਿਲਕੁਲ ਤੁਹਾਡੀ ਗੱਲ درست ਆ ਕਿ ਉਹਦੀ ਗ੍ਰਿਫਤਾਰੀ ਕਿਸੇ ਵੀ ਸਮੇਂ ਸੰਭਵ ਹੋ ਸਕਦੀ ਹੈ ਜੀ ਹੈ ਉਸ ਦੀ ਘੇਰਾਬੰਦੀ ਕਰ ਲਈ ਗਈ ਆ ਔਰ ਇਧਰ ਕਟਾਰੂ ਚੱਕ ਵਾਲੇ ਮਾਮਲੇ 'ਚ ਸਰਕਾਰ ਆਪਣਾ ਪੱਲਾ ਬਚਾਉਣ ਨੂੰ ਫਿਰਦੀ ਆ ਹੁਣ ਤਾਂ ਲੁਕਣ ਛਪਣ ਨੂੰ ਕੁਝ ਰਿਆ ਨਹੀਂ ਬਿਲਕੁਲ ਇੱਕ ਪਾਸੇ ਉਹ ਮੁੰਡਾ ਸਾਹਮਣੇ ਆ ਗਿਆ ਜਿਹੜਾ ਉਹ ਕਹਿੰਦਾ ਕਿ ਹਾਂ ਮੇਰੇ ਨਾਲ ਤੱਕਾ ਇਦਾਂ ਹੁੰਦਾ ਰਿਹਾ ਇੰਨੇ ਸਮੇਂ ਤੋਂ ਹੁੰਦਾ ਰਿਹਾ ਮੈਂ ਉਸ ਸਮੇਂ ਛੋਟਾ ਸੀ ਮੈਨੂੰ ਅੱਜ ਡਰ ਰਿਹਾ ਹੈ ਮੇਰੇ ਪਰਿਵਾਰ ਨੂੰ ਡਰ ਰਿਹਾ ਹੈ ਇਸ ਲਈ ਉਹ ਦਿੱਲੀ ਤੱਕ ਗਿਆ ਇਹ ਬੱਕਰੀ ਗੱਲ ਹੈ ਕਿ ਦਿੱਲੀ ਉਹਨੇ ਘਟਗਣਤੀ ਕਮਿਸ਼ਨ ਕੋਲ ਜਦੋਂ ਸ਼ਿਕਾਇਤ ਕੀਤੀ ਜਿੰਨੀ ਤੇਜ਼ੀ ਉਹਨਾਂ ਨੇ ਦਿਖਾਈ ਇਹ ਉਵੇਂ ਹੀ ਹੈ ਜਿਵੇਂ ਲੁਧਿਆਣਾ ਦੀ ਪੁਲਿਸ ਨੇ ਦਿਖਾਈ ਇੱਕ ਪੱਤਰਕਾਰ ਦੇ ਉੱਤੇ ਪਰਚਾ ਕਰਨ ਦੇ ਗ੍ਰਿਫਤਾਰ ਕਰਨ ਦੀ ਇੰਨੀ ਤੇਜ਼ੀ ਪੁਲਿਸ ਦੇ ਵਿੱਚ ਕਮਿਸ਼ਨਾਂ ਦੇ ਵਿੱਚ ਮੈਂ ਨਹੀਂ ਕਦੇ ਦੇਖੀ ਉਸੇ ਤਰ੍ਹਾਂ ਏਸੀ ਕਮਿਸ਼ਨ ਦਾ ਕੰਮ ਸੀ ਉਹ ਸ਼ਿਕਾਇਤ ਲੈ ਕੇ ਮੁੰਡਾ ਪਹੁੰਚਿਆ ਪੰਜਾਬ ਦੇ ਚੀਫ ਸਕੱਤਰ ਮਤਲਬ ਜਿਵੇਂ ਚਿੱਠੀ ਤਿਆਰ ਹੀ ਰੱਖੀ ਹੋਈ ਸੀ ਬਸ ਨਾ ਹੀ ਭਰਿਆ ਇੰਤਜ਼ਾਰ ਸੀ ਸ਼ਿਕਾਇਤ ਦਾ ਪਰ ਫੌਰੀ ਕਾਰਵਾਈ ਪਰ ਉਸ ਸਵਾਲ ਨੇ ਵੀ ਪੰਜਾਬ ਸਰਕਾਰ ਨੂੰ ਸਵਾਲ ਲੰਦ ਕੇ ਜੇ ਰਹਿੰਦਾ ਕਿ ਤੁਸੀਂ ਜਵਾਬ ਕਿਉਂ ਨਹੀਂ ਦੇ ਸਕੇ ਜੀ ਤੁਹਾਡੇ ਕੋਲ ਉਹਦਾ ਜਵਾਬ ਕਿਉਂ ਨਹੀਂ ਹੈ ਜਵਾਬ ਤਾਂ ਹੋਵੇ ਜੇਕਰ ਮਤਲਬ ਕਿ ਕੋਈ ਐਕਸ਼ਨ ਲਿਆ ਹੋਵੇ ਇਸ ਮੌਕੇ ਬਣਦਾ ਇਹ ਸੀ ਕਿ ਪੰਜਾਬ ਸਰਕਾਰ ਤੁਰੰਤ ਕਹਿੰਦੀ ਕਿ ਠੀਕ ਹੈ ਜੀ ਇਹ ਮਾਮਲਾ ਸੀ ਅਦਾਲਤ ਨੂੰ ਸੌਂਪਦੇ ਹਾਂ ਇਹ ਮਾਮਲਾ ਸੀ ਕੋਟਕਚੈਰੀ ਨੂੰ ਸੌਂਪਦੇ ਹਾਂ ਸਾਡੀ ਸਾਡੇ ਵਕੀਲ ਦੇਖਣਗੇ ਪਰ ਅਸੀਂ ਮੰਤਰੀ ਨੂੰ ਪਹਿਲਾਂ ਹਟਾਉਨੇ ਆ ਜੀ ਸੋ ਆ ਜਿਹੜਾ ਮੰਤਰੀਆਂ ਤੋਂ ਡਰ ਲੱਗਦਾ ਹਟਾਉਣ ਤੋਂ ਮੈਨੂੰ ਨਹੀਂ ਸਮਝ ਆਉਂਦਾ ਚਾਹੇ ਕੇਂਦਰ ਦੇਖ ਲਓ ਚਾਹੇ ਦਿੱਲੀ ਦੇਖ ਲਓ ਚਾਹੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਦੇਖ ਲਓ ਚਾਹੇ ਮੌਜੂਦਾ ਦੇਖ ਲਓ ਇਹ ਜਿਸ ਕਦਰ ਉਹਨੂੰ ਬਚਾਉਣ ਚ ਲੱਗਦੀਆਂ ਨੇ ਉਹਦੇ ਨਾਲ ਲੱਗਦਾ ਕਿ ਇਹ ਆਪਣਾ ਪੱਲਾ ਬਚਾਉਂਦੀਆਂ ਨੇ ਜਾਂ ਉਹਨੂੰ ਬਚਾਉਂਦੀਆਂ ਨੇ ਜੀ ਆਪਣਾ ਕੋਈ ਡਰ ਹੁਣ ਖੈਰੇ ਨੇ ਤਾਂ ਉਂਗਲੀਆਂ ਹੀ ਖੜੀਆਂ ਕਰਕੇ ਕਿਹਾ ਸੀ ਕਿ ਦੋ ਤਿੰਨ ਵੀਡੀਓ ਹੋਰ ਨੇ ਸੁਣੋ ਸਾਰਿਆਂ ਨੂੰ ਅੱਧਿਆਂ ਨੂੰ ਫਿਕਰ ਪੈ ਜਾਂਦਾ ਹੋਣਾ ਕਿ ਹਾਂ ਕਿਤੇ ਮੇਰਾ ਨਾਂ ਤਾਂ ਨਹੀਂ ਇਹਦੇ ਵਿੱਚ ਆ ਜਾਊਗਾ ਸੋ ਜਿਹੜਾ ਜਿਹਦੀ ਦਾੜੀ 'ਚ ਤਣਕਾ ਹੋਊਗਾ ਉਸੇ ਨੂੰ ਚੋਰ ਨੂੰ ਖਤਰਾ ਹੋਊਗਾ ਨਾ ਸੋ ਇਸ ਲਈ ਵੱਡੇ ਸਵਾਲ ਖੜੇ ਨੇ ਕਿ ਉਹਨੂੰ ਬਚਾਉਣ ਦੀ ਕਵਾਇਦ ਕਿਉਂ ਆ ਔਰ ਆਮ ਆਦਮੀ ਪਾਰਟੀ ਇਸ ਭਲੇਖੇ ਚ ਸ਼ਾਇਦ ਕਿ ਜੇ ਇਹ ਮਾਮਲਾ ਠੰਡਾ ਕਰ ਲਾਂਗੇ ਸ਼ਾਇਦ 10 ਤਰੀਕ ਤੋ ਜੋ ਮਰਜ਼ੀ ਹੋ ਜੇਕਰ ਵੋਟਾਂ ਫੈਲਣ। ਮੈਨੂੰ ਲੱਗਦਾ ਹੁਣ ਜਲੰਧਰ ਖੇਤਰ ਦੇ ਵਿੱਚ ਇਹਨਾਂ ਦੇ ਲਈ ਮੁਸ਼ਕਲ ਹੋ ਗਈਆਂ ਉਹਨੀਆਂ ਵੋਟਾਂ ਮੰਗਣੀਆਂ ਕਿਉਂਕਿ ਹਰ ਬੰਦਾ ਇਸ ਵੀਡੀਓ ਦੀ ਗੱਲ ਕਰਦਾ। ਰਾਜਪਾਲ ਵੱਲੋਂ ਲਾਈ ਗਈ ਮੋਹਰ ਦੀ ਗੱਲ ਕਰਦਾ ਕਿ ਰਾਜਪਾਨ ਨੇ ਇਹਨੂੰ ਸਹੀ ਠਹਿਰਾਤਾ ਵੀਡੀਓ ਸਹੀ ਆ ਤੇ ਦੂਸਰੇ ਪਾਸੇ ਐਸ்சி ਕਮਿਸ਼ਨ ਦੀ ਕੰਪ ਤੋਂ ਬਾਅਦ ਜਾਂਚ ਦੇ ਹੁਕਮਾਂ ਤੋਂ ਬਾਅਦ ਇੱਕ ਵੱਡਾ ਸਵਾਲ ਖੜਾ ਹੋ ਗਿਆ ਸੋ ਇਸ ਲਈ ਆਮ ਆਦਮੀ ਪਾਰਟੀ ਲਈ ਜਿੱਥੇ ਮੁਸ਼ਕਲ ਆ ਉਥੇ ਖੈਰੇ ਦੀ ਰਾਜਨੀਤਿਕ ਮੁਸ਼ਕਲਾਂ ਵੱਧ ਗਈਆਂ ਨੇ ਜੀ ਬਿਲਕੁਲ ਬੇਸ਼ੱਕ ਮਤਲਬ ਕਿ ਐਦਾਂ ਨਹੀਂ ਕੁਝ ਹੁੰਦਾ ਇਹ ਜੇ ਜੇ ਗ੍ਰਿਫਤਾਰੀ ਹੋ ਜੂਗੀ ਕੁਝ ਹੋ ਜੂਗਾ ਤਾਂ ਉਹਦੇ ਨਾਲ ਖੈਰੇ ਨੂੰ ਮਿਲਦਾ ਹੋਰ ਰਾਜਨੀਤਿਕ ਤਾਕਤ ਤਾਂ ਮਿਲ ਸਕਦੀ ਹੈ ਪਹਿਲਾਂ ਕੇਂਦਰ ਨੇ ਵੀ ਏਜੰਸੀਆਂ ਨੇ ਚੱਕਿਆ ਸੀ ਇੱਕ ਵਾਰ ਸੋ ਇਸ ਲਈ ਪਰ ਇਹ ਹੈ ਕਿ ਇਹਦੇ ਨਾਲ ਸਰਕਾਰ ਦੀ ਮਨਸ਼ਾ ਕਾਫੀ ਕੁ ਸਵਾਲਾਂ ਦੇ ਘੇਰੇ ਚ ਆਉਂਦੀ ਹੈ ਉਹ ਪੱਤਰਕਾਰ ਦੇ ਹਵਾਲੇ ਨਾਲ ਵਡਾ ਸਵਾਲ ਖੜਾ ਹੋਇਆ ਜਿਹੜਾ ਲੁਧਿਆਣੇ 'ਚ ਜੋ ਕੁਝ ਕੀਤਾ ਸੋ ਮੈਨੂੰ ਲੱਗਦਾ ਸਰਕਾਰ ਨੂੰ ਛੋਟੇ ਮਸਲਿਆਂ 'ਚ ਉਲਝਣ ਦੀ ਬਜਾਏ ਇੱਕ ਵੱਡੀ ਲੀਖੇ ਚਣ ਦੀ ਲੋੜ ਆ ਤੁਸੀਂ ਕੰਮ ਇੰਨੇ ਕਰੋ ਤੁਸੀਂ ਚੰਗੇ ਕਾਰਜ ਜੈਨੇ ਕਰੋ ਕਿ ਲੋਕ ਆਪ ਮਾਰੇ ਤੁਹਾਡੀ ਤਾਰੀਫ ਕਰਨ ਨਾ ਕਿ ਤੁਸੀਂ ਪਹਿਲਿਆਂ ਵਾਂਗ ਇਹਦਾ ਰੋਲਾ ਕਾਦੀਆਂ ਕੰਗਸੇ ਸਮੇਂ ਪੈਂਦਾ ਸੀ ਕਿ ਬਦਲਾਖੋਰੀ ਦੇ ਪਰਚੇ ਹੈਨਾ ਚੱਕੇ ਨਾਲ ਵਰਕਰਾਂ ਦੇ ਪਰਚੇ ਲੀਡਰਾਂ ਦੇ ਪਰਚੇ ਸੋ ਇਸ ਲਈ ਨਾ ਪਰਚੇ ਚੁਲਜਣ ਦੀ ਬਜਾਏ ਮਾਨ ਸਰਕਾਰ ਆਪ ਕੰਮ ਕਰੇ ਤੇ ਇਹ ਵੱਡੀ ਫਿਕਰਬੰਦੀ ਹੈ ਕਿ ਇਹ ਕਿਹਦੇ ਹੁਕਮਾਂ ਤੇ ਹੋ ਰਿਹਾ ਕਿ ਇਹ ਦਿੱਲੀ ਦੇ ਹੁਕਮਾਂ ਤੇ ਹੋ ਰਿਹਾ ਸਾਰਾ ਕੁਝ ਕਿਹਦੇ ਹੁਕਮਾਂ ਤੇ ਹੋ ਰਿਹਾ ਪਰ ਕਟਾਰੂ ਚੱਕ ਦਾ ਬਚਣਾ ਹੁਣ ਮੁਸ਼ਕਲ ਆ ਤੇ ਪਰ ਉਹ ਤੋਂ ਪਹਿਲਾਂ ਖੈਰੇ ਦੀ ਹੁਣ ਕਹਿੰਦੇ ਜੀ ਉਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਜਾਂ ਟੀਮਾਂ ਪਤਾ ਵੀ ਕੀ ਕਹਿੰਦੀਆਂ ਨੇ ਜੀ ਕਿ ਜੀ ਉਹ ਸਾਡੇ ਕੋਲ ਆ ਤਾਂ ਗਈ ਚਿੱਠੀ ਐਸੀ ਕਮਿਸ਼ਨ ਦੀ ਪਹਿਲਾਂ ਸੀ ਸ਼ਿਕਾਇਤ ਕਰਤਾ ਤੋਂ ਜਾਂ ਸਾਡੇ ਕੋਲ ਰਾਜਪਾਲ ਦੀ ਆ ਗਈ ਜੇ ਅਸੀਂ ਪਹਿਲਾਂ ਸ਼ਿਕਾਇਤ ਕਰਤਾ ਤੋਂ ਪੁੱਛਕਿਛ ਕਰਨੀ ਹੈ ਸ਼ਿਕਾਇਤ ਕਰਤਾ ਕੌਣ ਹੈ ਸੁਖਬਾਲ ਖੈਰ ਜੀ ਉਹ ਤੋਂ ਕੁਝ ਕੁ ਕਰਨੀ ਹੈ ਜਿਹੜਾ ਉਹਦੇ ਵਿੱਚ ਕਰਤੂਤਾਂ ਕਰਦਾ ਨਾ ਜਿਹਨਾਂ ਉਹ ਤੋਂ ਅਸੀਂ ਪੁੱਛਕਿਛ ਨਹੀਂ ਕਰਨੀ ਅਜੇ ਉਹਦੇ ਕੋਲ ਬਾਤ ਚ ਜਾਵਾਂਗੇ ਸੋ ਇਹ ਇਸ ਲਈ ਇਹ ਕਿਨੂੰ ਬਚਾਉਣਾ ਚਾਹੁੰਦੇ ਹੋ ਤੇ ਕਿਨੂੰ ਫਸਾਉਣਾ ਚਾਹੁੰਦੇ ਹੋ ਇਹ ਪੰਜਾਬ ਸਾਹਿਬ ਸਮਝਦਾ ਚਾਹੇ ਸੁਖਪਾਲ ਖੈਰਾ ਆਮ ਆਦਮੀ ਦੇ ਖਿਲਾਫ ਇੱਕ ਰਾਜਨੀਤੀ ਘੜ ਰਿਹਾ ਹੋਵੇ ਪਰ ਜਿਹੜੇ ਤੱਥ ਲੈ ਕੇ ਆਉਂਦਾ ਜੇ ਉਹ ਝੂਠੇ ਨੇ ਤਾਂ ਗੱਲ ਕਰਨਾ ਬਿਲਕੁਲ ਬਿਲਕੁਲ ਦੀਪ ਜੀ ਸਰਕਾਰਾਂ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਹੁਣ ਜੰਤਰ ਮੰਡਰ ਤੇ ਲਗਾਤਾਰ ਦੇਸ਼ ਦੇ ਨਾਮ ਹੀ ਪਹਿਲਵਾਨ ਨੇ ਜਿਹੜੇ ਧਰਨਾ ਕਰ ਰਹੇ ਨੇ ਤੇ ਉਹਨਾਂ ਨੂੰ ਸਹਿਯੋਗ ਵੀ ਹੁਣ ਮਿਲ ਰਿਹਾ ਖਾਪਾਂ ਲਗਾਤਾਰੋਂ ਨਾ ਪਹਿਲਵਾਨਾਂ ਦੀ ਮੰਗ ਹੈ ਕਿ ਇਸ ਬ੍ਰਿਜ ਪੋਸ਼ਨ ਜੋ ਡਬਲਯੂ ਐਫ ਆਈ ਦਾ ਮੁਖੀ ਆ ਉਸ ਨੂੰ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਤੇ ਨਾਲ ਹੀ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਪਰ ਹੁਣ ਅਲਟੀਮੇਟਮ ਦੇ ਦਿੱਤਾ ਗਿਆ ਸਰਕਾਰ ਨੂੰ ਕਿ 15 ਦਿਨਾਂ ਦੇ ਅੰਦਰ ਬ੍ਰਿਜ ਪੋਸ਼ਨ ਦੀ ਗ੍ਰਿਫਤਾਰੀ ਕੀਤੀ ਜਾਵੇ ਪਰ ਜੇਕਰ ਨਹੀਂ ਹੁੰਦੀ ਤਾਂ ਫਿਰ ਅਗਲਾ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਉਹਨਾਂ ਦੇ ਵੱਲੋਂ ਬਿਲਕੁਲ ਜੀ ਮਤਲਬ ਕਿ ਭੱਟੇ ਸੱਦੇ ਦੇ ਉੱਤੇ ਖਾਪ ਪੰਚਾਇਤਾਂ ਵੱਡੇ ਸੱਦੇ ਉੱਤੇ ਕਿਸਾਨ ਸੰਗਠਨ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਤੇ ਕੁਝ ਹੋਰ ਥਾਵਾਂ ਦੇ ਨੁਮਾਇंदे ਵੀ ਬਟਿਕੰਤੀ 'ਚ ਉੱਥੇ ਪਹੁੰਚੇ ਅਗਰ ਹਾਂ ਹੋਰ ਇਥਾ ਪੂਰੀਆਂ ਬੱਸਾਂ ਭਰ ਕੇ ਲੈ ਕੇ ਗਏ ਉਹ ਵੀ ਜੀ ਤੇ ਬੀਬੀਆਂ ਦੇ ਜਥੇ ਨਾਲ ਸੀ ਉਸੇ ਟਿੱਕਰੀ ਬਾਰਡਰ 'ਤੇ ਰੋਕਣ ਦੀ ਕੋਸ਼ਿਸ਼ ਹੋਈ ਬੀਬੀਆਂ ਐਕਤੀ ਬੰਦਿਆਂ ਨੇ ਨਹੀਂ ਹਮ ਬੀਬੀਆਂ ਨੇ ਚੱਕ ਕੇ ਵੈਰੀਗੇਟ ਪਰੇ ਮਾਰੇ ਤੇ ਪੁਲਿਸ ਨੂੰ ਰਾਹ ਦੇਣਾ ਪਿਆ ਜੀ ਤੇ ਕਹਿੰਦੇ ਜਾਓ ਜੀ ਜੰਤਰ ਮੰਤਰ ਬਸ ਇੰਨੀ ਕੁ ਬੇਨਤੀ ਹੈ ਟਰੈਕਟਰ ਨਾ ਲੈ ਕੇ ਜਾਓ ਕਹਿੰਦੇ ਟਰੈਕਟਰ ਲੈ ਕੇ ਨਹੀਂ ਇਹ ਬੱਸਾਂ ਹੀ ਲੈ ਕੇ ਆਏ ਇਸ ਵਾਰ ਜੀ ਸੋ ਟਰੈਕਟਰ ਨਾ ਲੈ ਕੇ ਜਾਓ ਕਹਿੰਦੇ ਉਧਰੋਂ ਤਕੈਤ ਤੇ ਇਦਰੋ ਹਰਿਆਣੇ ਦੀਆਂ ਸਮੁੱਚੀਆਂ ਖਾ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਜੀ ਵੱਡੀ ਗਿਣਤੀ ਜੋ ਉੱਥੇ ਪਹੁੰਚੇ ਵੱਡਾ ਇਕੱਠ ਹੋਇਆ ਪੁਲਿਸ ਦੇ ਰੋਕਣ ਦੇ ਬਾਵਜੂਦ ਕੋਸ਼ਿਸ਼ਾਂ ਦੇ ਬਾਵਜੂਦ ਬੈਰੀਕੇਟਿੰਗ ਦੇ ਬਾਵਜੂਦ ਹੈ ਰਾਤ ਚ ਰਾਕੇ ਨਾਕੇ ਲਾਉਣ ਦੇ ਬਾਵਜੂਦ ਵੱਡੀ ਗਿਣਤੀ ਜੋ ਉੱਥੇ ਪਹੁੰਚੇ ਤੇ ਸਾਫ ਸੀ ਉਹਨਾਂ ਦਾ ਉਹ ਕਹਿੰਦੇ ਜੀ ਅਸੀਂ ਪਹਿਲਵਾਨਾਂ ਦੇ ਸਮਰਥਨ ਚਾਹੇ ਹਾਂ ਜੀ ਅਗਵਾਈ ਇਹੀ ਕਰਨਗੇ ਅੰਦੋਲਨ ਇਹੀ ਚਲਾਉਣਗੇ ਅਸੀਂ ਪਿੱਠ ਤੇ ਖੜੇ ਹਾਂ ਕਿ ਆਪਣੇ ਧੀਆਂ ਦੀ ਆਪਣੇ ਪੁੱਤਾਂ ਦੀ ਪੱਠ ਨਹੀਂ ਲਗੜਨ ਦੇ ਜੇ ਸਰਕਾਰ ਭਲੇਖੇ ਜੋ ਉੱਟ ਕਹਿਤ ਕਹਿੰਦਾ ਹੁਣ ਤਾਂ ਸਾਨੂੰ ਸਰਟੀਫਿਕੇਟ ਮਿਲਿਆ ਹੋਇਆ 385 ਦਿਨ ਅੰਦੋਲਨ ਚਲਾਉਣ ਦਾ ਕਿ ਸਰਕਾਰ ਨਹੀਂ ਦਿੱਤਾ ਕੋਈ ਗੱਲ ਨਹੀਂ ਟਰੈਕਟਰ ਵੀ ਤਿਆਰ ਖੜੇ ਆ ਫਿਰ ਆ ਜਾਣਗੇ ਸੋ ਇਸ ਲਈ ਉਹ ਅੰਦਾਜ਼ ਜਿਹੜਾ ਹੈ ਉਹ ਲੋਕਾਂ ਚ ਤਾਕਤ ਭਰ ਦਿੰਦਾ ਤੇ ਉਥੇ ਜਿਵੇਂ ਅਗਰਹਾ ਹੋ ਰਹੀ ਗਏ ਜੀ ਮੇ ਉਹ ਤੋਂ ਪਹਿਲਾਂ ਰਾਜ ਹਾਲ ਹੋ ਰਹੀ ਗਏ ਸੀ ਪੰਜਾਬ ਦੀਆਂ ਹੋਰ ਜਥੇਬੰਦੀਆਂ ਗਈਆਂ ਸੀ ਸੋ ਉਸ ਨੇ ਇੱਕ ਵਾਰ ਉਹਨਾਂ ਪਹਿਲਵਾਨਾਂ ਦੇ ਵਿੱਚ ਇੱਕ ਨਵਾਂ ਜੋਸ਼ ਭਰਿਆ ਹੋਊਗਾ ਕਿ ਸਾਡੇ ਨਾਲ ਸਾਡਾ ਮਲਕ ਸਾਡੇ ਨਾਲ ਸਾਡਾ ਸੂਬਾ ਸਾਡੇ ਨਾਲ ਸਾਡੇ ਲੋਕ ਖੜੇ ਨੇ ਬਿਲਕੁਲ ਹੁਣ ਸਵਾਲ ਇੱਥੇ ਆ ਕੇ ਉਹੀ ਖੜਦਾ ਕਹਿੰਦੇ ਜੀ ਬ੍ਰਿਜ ਭੂਸ਼ਣ ਕਿਸਾਨਾਂ ਨੂੰ ਬ੍ਰਿਜ ਭੂਸ਼ਣ ਖਾਪਾਂ ਨੂੰ ਸਲਾਹ ਦੇ ਰਿਹਾ ਜੀ ਕਿ ਇਹ ਨਿਆਣੇ ਤਾਂ ਝੂਠ ਬੋਲਦੇ ਨੇ ਇਹ ਨਿਆਣੇ ਤਾਂ ਗਲਤੀ ਕਰਦੇ ਨੇ ਤੁਸੀਂ ਨਾ ਕਰੋ ਜੀ ਤੁਸੀਂ ਨਾ ਆਓ ਜੀ ਜੇ ਅਦਾਲਤ ਨੇ ਮੈਨੂੰ ਦੋਸ਼ੀ ਠਹਿਰਾਤਾ ਜੀ ਫਿਰ ਮੈਂ ਤੁਹਾਡੀ ਕਚਹਿਰੀ ਚਾਜੂਗਾ ਤੁਸੀਂ ਸਿਫਾ ਦੇ ਨਾ ਬਿਲਕੁਲ ਫਿਰ ਅਦਾਲ ਜੀ ਉਹ ਸੀਵਾ ਨਹੀਂ ਦੇਣਾ ਕਹਿੰਦਾ ਮੈਂ ਕੁਰਸੀ ਨਹੀਂ ਛੱਡਣੀ ਤੇ ਉਸ ਮਾਮਲੇ ਤੇ ਕੱਲ ਉਹਨੇ ਫਿਰ ਦੂਆ ਤਰੀਕਾ ਵੀ ਅਪਣਾਇਆ ਕਹਿੰਦਾ ਮੈਂ ਆਪਣੇ ਕੋਲੋਂ ਪੈਸੇ ਲਾਏ ਨੇ ਨਾ ਪਹਿਲਵਾਨਾਂ ਤੇ ਕਹਿੰਦਾ ਇਹਨਾਂ ਨੂੰ ਪੁੱਛੋ ਜਦੋਂ ਇਹ ਬਾਹਰ ਜਾਂਦੇ ਹੁੰਦੇ ਸੀ ਖੇਲਣ ਮੈਂ ਖਰਚੇ ਪਾਣੀ ਲਈ ਡਾਲਰ ਆਪਣੀ ਜੇਬ ਚੋਂ ਦਿੰਦਾ ਸੀ ਕਮਾਲ ਆ ਵੀ ਤੂੰ ਇੰਨਾ ਧਨਕਵੀਰ ਆ ਕਿਹਾ ਤੂੰ ਆਪਣੀ ਜੇਬ ਚੋਂ ਦੇਂਗਾ ਸਾਰੇ ਨੂੰ ਪਤਾ ਕਿ ਉਹ ਅਗਲੇ ਕਹਿੰਦੇ ਕਿ 40000 ਦੀ ਸਪਾਂਸਰਸ਼ਿਪ ਤੋਂ ਸਾਨੂੰ 4000 ਮਿਲਦਾ ਸੀ 36000 ਹੈ ਕੌਣ शकਦਾ ਸੀ ਸੋ ਇਸ ਲਈ ਉੱਥੇ ਸਵਾਲ ਤਾਂ ਉੱਥੇ ਖੜੇ ਨੇ ਜੇ ਉਹ 36000 ਜੋ 4000 6000 ਹੋਰ ਦੇਵੀ ਦਿੱਤਾਊਗਾ ਤਾਂ ਵੀ ਕੀ ਬੜੀ ਗੱਲ ਸੋ ਇਸ ਲਈ ਜੇ ਇੱਕ ਰਜਿਹਾ ਖੇੜਾ ਤਾਂ ਸਾਫ਼ ਹੋ ਗਿਆ ਕੱਲ ਖਾ ਪੰਚਾਇਤ ਜੀ ਕੱਲ ਕਿਸਾਨ ਜਥੇਬੰਦੀਆਂ ਉਹਨਾਂ ਨੇ ਸਪਸ਼ਟ ਕਿਹਾ ਕਿ 15 ਦਿਨ ਦਾ ਅਲਟੀਮੇਟਮ ਹੂੰ 20 ਤਰੀਕ ਤੱਕ 20 ਮਈ ਤੱਕ ਉਹਨੂੰ ਬ੍ਰਿਜਪੁਰਸ਼ਾਂ ਨੂੰ ਗ੍ਰਿਫਤਾਰ ਕਰੋ ਜੀ ਤੇ ਉਹ ਤੋਂ ਬਾਅਦ ਸਾਡੇ ਨਾਲ ਗੱਲ ਕਰਿਓ ਨਹੀਂ ਤਾਂ ਫਿਰ 21 ਤਰੀਕ ਨੂੰ ਤਿਆਰ ਰਹੋ بڑے ਅੰਦੋਲਨ ਦੀ ਦੇਸ਼ ਵਿਆਪੀ ਅੰਦੋਲਨ ਦੀ ਇੱਕ ਕਿਸਾਨ ਅੰਦੋਲਨ ਦੇ ਮੰਗ بڑا ਪਹਿਲਵਾਨੀ ਅੰਦੋਲਨ ਖੜਾ ਕਰ ਦਾਂਗੇ ਫਿਰ ਤੁਹਾਨੂੰ ਥਾਂ ਨਹੀਂ ਮਿਲਣੀ ਤੇ ਦਿੱਲੀ ਇੱਕ ਵਾਰ ਫਿਰ ਜਾਮ ਹੋਏਗੀ ਸੋ ਜੇ ਤਾਂ ਸਰਕਾਰ ਨੂੰ ਆਦਤ ਤੇ ਹੀ ਪੈਗੀ ਕਿ ਹਾਂ ਮਤਲਬ ਕਿ ਉਹ ਦੁੱਧ ਦੇਣਾ ਤਾਂ ਛੱਤਰ ਖਾ ਕੇ ਦੇਣਾ ਸੋ ਇਸ ਲਈ ਜੇ ਇੱਕ ਤਾਂ ਇਹੀ ਆਦਤ ਆ ਕਿ ਹਾਂ ਬਾਅਦ ਚੋਂ ਮੰਨਣਾ ਉਸ ਨਾਲੋਂ ਪਹਿਲਾਂ ਸਮਝਾਉਣ ਦੇ ਸ਼ਾਇਦੋਂ ਪਹਿਲਾਂ ਲਾਉਣਾ ਚਾਰ ਪਹਿਲਵਾਨ ਨੇ ਬੈਠੇ ਰਹਿਣ ਉਸ ਨਹੀਂ ਸਾਡਾ ਕੀ ਫਰਕ ਪੈਂਦਾ ਆਈ ਲੱਗਦਾ ਸੀ ਕੋਈ ਨਾ ਪੰਜਾਬ ਹੀ ਆਇਆ ਦੇਖ ਲਾਂਗੇ ਸੋ ਉਹੀ ਜਾ ਕੇ ਨਜ਼ਰੀਆ ਫਿਰੇ ਭਲੇਖਾ ਇਸ ਲਈ ਇਹ ਖਾ ਪੰਚਾਇਤਾਂ ਔਰ ਕਿਸਾਨ ਜਿੱਥੇ ਬੰਦੀਆਂ ਸਮਰਥਨ ਨੇ ਉਹਨਾਂ ਨੂੰ ਤਾਕਤ ਵੀ ਦੇ ਦਿੱਤੀ ਆ ਉਹਨਾਂ ਨੇ ਬਕਾਇਦਾ ਆਪਣੀ ਅਗਲੀ ਵਿਉਂਤਬੰਦੀ ਵੀ ਕਰ ਲਈ ਆ ਤੇ ਉਹ ਪੂਰੀ ਤਿਆਰੀ ਨਾਲ ਨੇ ਲਗਾਤਾਰ ਲੋਕਾਂ ਦਾ ਸਮਰਥਨ ਪਹੁੰਚ ਰਿਹਾ ਨੂੰ ਲਗਾਤਾਰ ਲੋਕ ਜਾ ਰਹੇ ਨੇ ਸੋ ਇਹ ਇਸ ਲਈ ਉਹਨ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਇਹ ਨਿਜੀਠੀ ਹੈ ਪਿੱਛੇ ਆਣਾ ਔਖਾ ਜਾਂ ਤਾਂ ਇਹ ਆ ਨੂੰ ਡਰ ਲੱਗਦਾ ਜੇ ਬ੍ਰਿਜ ਭੂਸ਼ਣ ਨੂੰ ਹਟਾਇਆ ਹੈ ਨਾ ਤਾਂ ਉਹ ਨਾ ਸਾਡੇ ਕੋਈ ਰਾਜ ਖੋਲ ਦੇਵੇ ਕਾ ਪਤਾ ਨਹੀਂ ਇਹ ਇਸ ਦੇ ਵਿੱਚ ਕਿਹੜਾ ਕਿਹੜੇ ਕਾਲੇ ਕੋਡਕੂ ਹੋਣੇ ਨਾਲ ਤਾਂ ਪਤਾ ਲੱਗਣਿਆ ਸੋ ਇਸ ਲਈ ਹੁਣ ਉਹ ਮਿੰਨਤ ਅਰਲੇ ਤੇ ਹੋਣੇ ਕਿ ਭਾਈ ਤੂੰ ਲਾਂਬੇ ਹੋ ਜਾ ਪਰ 15 ਦਿਨ ਦਾ ਅਲਟੀਮੇਟਮ 20 ਤਰੀਕ ਨੂੰ ਮੁੱਕ ਜਾਣਾ ਜੀ ਤੇ 21 ਤਰੀਕ ਦੂਰ ਨਹੀਂ ਹੈ ਸੋ ਉਸ ਦਿਨ ਫਿਰ ਵੱਡਾ ਅੰਦੋਲਨ ਹੋਗਾ ਨਹੀਂ ਉਸ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰੀ ਸੰਭਵ ਹੈ ਬਿਲਕੁਲ ਬਿਲਕੁਲ ਤਦੀਪ ਜੀ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜੋ ਘਰ ਰੈਨੋਵੇਟ ਕੀਤਾ ਗਿਆ ਸੀ ਉਸ ਤੇ ਪਹਿਲਾਂ ਕਹਿੰਦੇ ਸੀਗੇ ਕਿ 45 ਕਰੋੜ ਖਰਚਾ ਗਿਆ ਜਿਵੇਂ ਤੁਸੀਂ ਵਿਸਥਾਰ ਪੂਰਵਕ ਦੱਸਿਆ ਸੀ ਕਿ ਇੱਕ ਇੱਕ ਪਰ ਕਹਿੰਦੇ 45 ਕਰੋੜ ਨਹੀਂ 171 ਕਰੋੜ ਰੁਪਇਆ ਖਰਚ ਆ ਗਿਆ ਹੈ ਰੈਨੋਵੇਟ ਬਿਲਕੁਲ ਜੀ ਇਸ ਮਾਮਲੇ ਦੀ ਕੜੀਆਂ ਖਾਸੇ ਪਾਸੇ ਜੋੜਦੀਆਂ ਜੀ ਕਹਿੰਦੇ ਜੀ ਉਹ ਛੱਤगिरਗੀ ਕਰਦੀ ਹੈ ਨਾ ਪਲੱਸਟਰ ਡਿੱਗ ਗਿਆ ਜੀ ਇਸ ਲਈ ਦਿੱਲੀ ਦਾ ਪੀ ਡਬਲਿਊ ਡਿਪਾਰਟਮੈਂਟ ਕਹਿੰਦਾ ਜੀ ਦੀ ਰਿਪੇਅਰ ਕਰਨੀ ਪੈਣੀ ਜੀ ਤੇ ਰਿਪੇਅਰ ਤੇ ਕਹਿੰਦੇ 45 ਕਰੋੜ ਲੱਗ ਗਿਆ ਜੀ ਜੀ ਹਾਂ ਬਾਹਰਲੇ ਮੁਲਕਾਂ ਚੋਂ ਪੱਥਰ ਜੀ ਰਸੋਈ ਤੇ 1.5 ਕਰੋੜ ਜੀ 65 ਕਰੋੜ ਰੁਪਈਆ ਜੀ ਚਮਚੇ ਕਟਛੀਆਂ ਤੇ ਲੱਗ ਗਿਆ ਜੀ ਹੈ ਨਾ ਆ ਆ ਜੀ ਪੱਥਰ ਬਾਹਰੋਂ ਮੰਗਾਇਆ ਆ ਜੀ ਅਸੀਂ ਸਿਨਰੀਆਂ ਬਾਹਰੋਂ ਮੰਗਵਾਈਆਂ ਜੀ ਹੈ ਨਾ ਉਹ ਸਾਰਾ ਖਰਚਾ 45 ਕਰੋੜ ਹੋ ਗਿਆ ਜੀ ਕਹਿੰਦੇ ਜਿਵੇਂ ਤੁਸੀਂ ਕਹਿੰਦੇ ਹੋ 8-8 ਲੱਖ ਦੇ ਪੜਦੇ ਹੈ ਤੇ ਉਹ ਸਾਰੇ ਚੀਜ਼ਾਂ ਦੇ ਖਰਚੇ ਦੇ ਚਰਚਾ ਦੇ ਦਰਮ ਬੀਜੇਪ ਕਹਿੰਦੀ ਲੋ ਜੀ ਅਸੀਂ ਕੱਲੀ ਕਲੀ ਚੀਜ਼ ਦਾ ਹਿਸਾਬ ਦਿੰਨੇ ਆ ਇਧਰ ਇਹ ਬੀਜੇਪ ਦਾ ਹਿਸਾਬ ਦੇਣ ਲੱਗੇ ਲੋ ਜੀ ਤੁਹਾਡੇ ਪ੍ਰਧਾਨ ਮੰਤਰੀ ਦਾ ਹਿਸਾਬ ਦਿੰਨੇ ਆ ਸੋ ਇਹ ਇਸ ਲਈ 1.5 ਲੱਖ ਦੀ ਐਨਕ ਜੀ ਲੱਖ ਦਾ ਪੈਨ ਜੀ ਆ ਉਹ ਇਹਨਾਂ ਦਾ ਹਿਸਾਬ ਦੇਣ ਲੱਗੇ 550 ਕਰੋੜ ਦਾ ਘਰ ਜੀ ਇਹ ਹਿਸਾਬ ਤਾਂ ਚਲਦੇ ਆ ਚਲਦੇ ਆ ਕਾਂਗਰਸ ਕਹਿੰਦੀ ਸਾਨੂੰ ਨਾ ਭੁੱਲ ਜਿਓ ਕਾਂਗਰਸ ਵਿੱਚ ਆ ਗਈ ਕਾਂਗਰਸ ਕਹਿੰਦੀ ਜੀ 45 ਕਰੋੜ 171 ਕਰੋੜ ਰੁਪਇਆ ਲੱਗਿਆ ਹੁਣ 171 ਕਰੋੜ ਮੈਂ ਕਹਾਂ ਵੀ ਇਹਦਾ ਵੀ ਹਿਸਾਬ ਲੱਭ ਲੀਏ ਜਦੋਂ ਲੱਭਿਆ ਉਹਨਾਂ ਦਾ ਤਰਕ ਬੜਾ ਕਮਾਲ ਆ ਉਹ ਕਹਿੰਦੇ ਕਿ ਇਸ ਘਰ ਨੂੰ ਹੋਰ بڑا ਤੇ ਖੁੱਲਾ ਸ਼ਾਨਦਾਰ ਹਰਾ ਭਰਾ ਬਣਾਉਣ ਦੇ ਲਈ ਇਹ ਮੁੱਖ ਮੰਤਰੀ ਦੇ ਘਰ ਦੇ ਵਿੱਚ ਨਾਲ ਖੇਤਰ 'ਚ ਕੁਝ ਸਰਕਾਰੀ ਕੁਆਟਰ ਹੁੰਦੇ ਨੇ ਜਤਿੰਦਰ ਜੀ ਜਿਹੜੇ ਮੁਲਾਜ਼ਮ ਨਾਲ ਵਾਲੇ ਸਟਾਫ ਨੇ ਲੈਣਦੇ ਉਹਨਾਂ ਲਈ ਇੱਕ ਇੱਕ ਦੋ ਦੋ ਕਮਰੇ ਵਾਲੇ ਕੁਆਟਰ ਬਣੇ ਹੁੰਦੇ ਨੇ ਜਾਂ ਕੁਝ ਅਫਸਰ ਨੇ ਜਿਹੜੇ ਉਹਨਾਂ ਲਈ ਕੁਝ ਵੱਡੇ ਕੁਆਟਰ ਹੁੰਦੇ ਨੇ ਕਹਿੰਦੇ ਕਿ ਕੁਝ ਕੁਆਟਰ ਤਾਂ ਹਟਾਉਣੇ ਪਏ ਕੁਝ ਕੁਆਟਰ ਢਾਉਣੇ ਪਏ ਕੁਝ ਕੁਆਟਰ ਮਕਾਨ 'ਚ ਰਲਾਉਣੇ ਪਏ ਸੋ ਇਸ ਲਈ ਜਿਹੜੇ ਉਹਨਾਂ ਨੂੰ ਫਿਰ ਨਵੀਆਂ ਥਾਵੇਂ ਬਣਾ ਕੇ ਦਿੱਤੀਆਂ ਠੀਕਰਕ ਦਿੱਤੀਆਂ ਉਹਦਾ ਖਰਚਾ ਕਿੱਥੇ ਜਾਊਗਾ ਉਹ ਵੀ ਇਹਦੇ ਵਿੱਚ ਜੁੜੂਗਾ ਕਹਿੰਦੇ ਤੋ ਇਸ ਲਈ ਕਹਿੰਦੇ ਇਦਾਂ ਇਹ 45 ਕਰੋੜ 171 ਕਰੋੜ ਬਣ ਗਿਆ ਜੀ ਹੁਣ ਆਮ ਆਦਮੀ ਪਾਰਟੀ ਜਾਂ ਤਾਂ 45 ਕਰੋੜ ਦਾ ਹਿਸਾਬ ਦੇਵੇ ਬਿਲਕੁਲ ਜਾਂ 171 ਕਰੋੜ ਦਾ ਹਿਸਾਬ ਦੇਵੇ ਜਾਂ ਭਾਜਪਾ ਵਾਲਿਆਂ ਤੇ ਤੇ ਕਾਂਗਰਸੀਆਂ ਦੇ ਉੱਤੇ ਪਰਚੇ ਕਰੇ ਮਾਨ ਹੰਨੀ ਦੇ ਬਿਲਕੁਲ ਪਰ ਉਹ ਤਾਂ ਉਲਟਾ ਸਵਾਲ ਤਾਂ ਕਰ ਕੇਜਰੀਵਾਲ ਕਹਿੰਦਾ ਮੈਂ ਜੇਕਰ ਰੁਪਏ ਦਾ ਵੀ ਧਕਾਧਾਰ ਹੋਵਾਂ ਤਾਂ ਮੈਨੂੰ ਫਾਸੀ ਲਾ ਦਿਓ ਮੈਨੂੰ ਮੁੜ ਕੇ ਵੋਟ ਨਾ ਪੋਏ ਇਹ ਸ਼ਬਦਾਂ ਨਾਲ ਖੇਡਣਾ ਸਾਡੇ ਲੀਡਰਾਂ ਨੂੰ ਆਉਂਦਾ ਹੁਣ ਪਤਾ ਹੈ ਕਿ ਸਾਡੇ ਤੇ ਕਨਰਾਸ ਨੇ ਲੋਕ ਜੋ ਸੁਣਾਦਾਂਗੇ ਸੁਣ ਲੈਣਗੇ ਤੇ ਉਹ ਸਵਾਦ ਲੈਂਦੇ ਨੇ ਲੋਕ ਪਰ ਇਸ ਮਸਲੇ ਦੇ ਉੱਤੇ ਜਿਹੜੀਆਂ ਤਰ੍ਹਾਂ ਸਵਾਲ ਖੜਾ ਕਰੇ ਉਹਨਾਂ ਨੂੰ ਸਿੱਧਾ ਜਵਾਬ ਨਹੀਂ ਦੇ ਪਾਰੇ ਉਲਟਾ ਜਿਹੜਾ ਮੀਡੀਆ ਕੋਈ ਸਾਹਮਣੇ ਲਿਆਇਆ ਸੀ ਉਹ ਕੁੜੀ ਕੱਲ ਜਿਵੇਂ ਪਰਚਾ ਕੀਤਾ ਲੁਧਿਆਣੇ ਉਹਦੇ ਵਿੱਚ ਕਰ ਗਏ ਪਰ ਇਹ ਤੋਂ ਅੱਗੇ ਇੱਕ ਸਕੇਸ਼ ਠੱਗ ਤੁਹਾਨੂੰ ਯਾਦ ਹੋਣਾ ਉਹ ਬੰਦਾ ਤੀਹ ਕਿ ਦਿਨ ਆ ਜਾਂਦਾ ਸਾਹਮਣੇ ਜੇਲ੍ਹ ਚ ਹੈ ਇਹਨਾਂ ਦਾ ਹੀ ਖਾਸ ਆੜੀ ਹੈ ਸਿੰਦਰ ਜੈਨ ਦੇ ਰਾਹੀਂ ਉਹ ਆਮ ਆਦਮੀ ਪਾਰਟੀ ਚੰਗਾ ਸਰਕਾਰ ਨੂੰ ਬਰਿਆ ਉਹਨੇ ਫੇਰ ਚਿੱਠੀ ਲਿਖਤੀ ਆਹ ਲੋ ਉਹਦੀ ਚਿੱਠੀ ਫੇਰ ਕਮਾਲ ਦੀ ਹੈ ਜੀ ਹੁਣ ਉਹ ਪਤਾ ਵੀ ਕੀ ਕਹਿੰਦਾ ਉਹ ਕਹਿੰਦਾ ਜੀ ਕਹਿੰਦਾ ਜੀ ਫਰਨੀਚਰ ਦਾ ਮੈਂ ਭੇਜਿਆ ਲੈ ਕੇ ਹੁਣ ਉਹਨੇ ਹਿਸਾਬ ਕਿਤਾਬ ਨਮਾ ਗਣਾਤਾ ਆ ਲੋ ਜੀ ਠੱਗ ਸਕੇਸ਼ ਜੀ ਕਹਿੰਦੇ ਕੇਜਰੀਵਾਲ ਦੇ ਘਰ ਫਰਨੀਚਰ ਮੈਂ ਭੇਜਿਆ ਜੀ ਐਲਜੀ ਨੂੰ ਨਵੀਂ ਚਿੱਠੀ ਲਿਖੀ ਆ ਉਹਨੇ ਤੇ ਉਹਨੇ ਕਮਾਲ ਦੇ ਦਾਅਵੇ ਕੀਤੇ ਜਤਿੰਦਰ ਜੀ ਦੇ ਵਿੱਚ ਕਹਿੰਦਾ ਜੀ ਇੱਕ ਕਹਿੰਦਾ ਸਕੇਸ਼ ਠੱਗ ਨੇ ਚਿੱਠੀ 'ਚ ਲਿਖਿਆ ਕਿ ਫਰਨੀਚਰ ਉਸਨੇ ਕੇਜਰੀਵਾਲ ਦੇ ਲਈ ਖਰੀਦਿਆ ਸੀ ਬੀਜੇਰ 12 ਸੀਟਰ 올ਿਵ ਬ ਗ੍ਰੀਨ ਰੰਗ ਦਾ ਡਾਈਨਿੰਗ ਟੇਬਲ ਹੈ ਜੀ ਕਹਿੰਦਾ ਹੁਣ ਅਸੀਂ ਤਾਂ ਉਹਦੇ ਘਰੇ ਗਏ ਨਹੀਂ جا کے چیک ਕਰਨ ਕੇ ਅਲਿੰਬ 그린 ਰੰਗ ਦਾ ਕਿਹੜਾ ਡਾਈਨਿੰਗ ਟੇਬਲ ਹੁੰਦਾ ਕਹਿੰਦੇ 45 ਲੱਖ ਦਾ ਜੀ ਕਹਿੰਦਾ ਉਹ ਕਹਿੰਦਾ ਮੈਂ ਪੇਜਾ ਲੈ ਕੇ ਹੋਰ ਛੱਡੋ ਕਹਿੰਦਾ ਇਹ ਕੋਈ ਬ੍ਰਾਂਡ ਆ ਮੈਨੂੰ ਲੱਗਦਾ ਬੀਜੇ ਨਾਇਰ ਨੂਇਰ ਕੋਈ ਬ੍ਰਾਂਡ ਹੋਊਗਾ ਪਤਾ ਨਹੀਂ ਕਹਿੰਦਾ ਇਹਦੇ ਇਹਦਾ ਡ्रेसਿੰਗ ਟੇਬਲ ਵੀ ਲੈ ਕੇ ਦਿੱਤਾ ਕਹਿੰਦਾ ਕੇਜਰੀਵਾਲ ਦੇ ਤੇ ਉਹਦੇ ਜਵਾਕਾਂ ਦੇ ਕਮਰਿਆਂ ਦੇ ਲਈ ਇਹ ਡਰੈਸਿੰਗ ਟੇਬਲ ਭੇਜਿਆ ਤੇ ਕੀਮਤ ਪਤਾ ਵੀ ਕਿੰਨੀ ਹੈ ਡਰੈਸਿੰਗ ਟੇਬਲ ਦੀ 34 ਲੱਖ ਰੁਪਏ ਹੋਰ ਛੱਡੋ ਉਹ ਕਹਿੰਦਾ ਜੀ 7 ਸ਼ੀਸ਼ੇ ਲੱਗਿਆ ਉਹਨਾਂ ਦੇ ਘਰਾਂ ਚੋਂ ਮੂੰਹ ਦੇਖਣ ਵਾਲੇ ਸ਼ੀਸ਼ੇ ਬਾਸਪੇਸ਼ਨ ਤੇ ਲਾ ਲਿਆ ਹੈਨਾ ਉਹ ਆਪਣੇ ਕਮਰੇ ਚ ਲਾ ਲਿਆ ਜਾਂ ਕਿਤੇ ਹੈਨਾ ਲੌਬੀ ਜੀ ਚ ਲਾ ਲਿਆ ਕਹਿੰਦਾ ਜੀ 18 ਲੱਖ ਰੁਪਏ ਦਾ ਜੀ 7 ਸ਼ੀਸ਼ੇ ਲੱਗਿਆ ਮੂੰਹ ਦੇਖਣ ਵਾਲੇ ਜੀ ਹੁਣ ਉਹ ਕਹਿੰਦਾ ਜੀ ਰਾਲਫ ਲਾਇਰਨ ਦਾ ਇੱਕ ਰਗਜ਼ ਹੈ ਕੋਈ ਪਤਾ ਨਹੀਂ ਕਿਹੜਾ ਬ੍ਰਾਂਡ ਆ ਜੀ ਹੈਨਾ ਉਹਦੇ ਸਹਰਾਣੇ ਭੇਜਿਆ ਕਹਿੰਦਾ ਐ ਕੁੱਲ 30 ਪੀਸ ਨੇ ਜੀ 28 ਲੱਖ ਦੇ ਆਏ ਨੇ ਕਹਿੰਦਾ ਸਹਰਾਣੇ ਸਹਰਾਣੇ ਹੁਣੇ ਸ਼ੁਕੇਸ਼ ਠਾਕ ਕਹਿ ਰਿਹਾ ਸੀ ਤਾਂ ਕਹਿ ਨਹੀਂ ਰਿਹਾ ਪਾਈ ਤੁਹਾਡਾ ਹੀ ਬੰਦਾ ਹੈ ਤੁਹਾਡੀ ਉਹ ਪਾਰਟੀ ਨਾਲ ਰਿਹਾ ਤੁਹਾਡਾ ਹੀ ਕਦੇ ਦੇਸੀ ਕੋ ਸਾਹਮਣੇ ਲਿਆ ਹੁੰਦਾ ਤੁਹਾਡੇ ਖਿਲਾਫ 400 ਪੰਨਿਆਂ ਦੀ ਚੈਟ ਉਹ ਕਹਿੰਦਾ ਹੋਰ ਛੱਡੋ ਜੇ ਮੇਰੇ ਤੇ ਭਰੋਸਾ ਨਹੀਂ ਕਹਿੰਦਾ ਮੇਰੀ ਯਾਰ ਕੇਜਰੀਵਾਲ ਦਾ ਵਟਸਐਪ ਚੈੱਕ ਕਰ ਲਓ ਮੈਂ ਪਹਿਲਾਂ ਫਰਨੀਚਰ ਦਿਆਂ ਪਹਿਲਾਂ ਉਹਨਾਂ ਚੀਜ਼ਾਂ ਦੀਆਂ ਫੋਟੋਆਂ ਭੇਜਦਾ ਸੀ ਉਹ ਪਾਸ ਕਰਦਾ ਸੀ ਫਿਰ ਸਮਾਨ ਉਹਦੇ ਘਰੇ ਜਾਂਦਾ ਸੀ ਹੁਣ ਅਗਲਾ ਤਾਂ ਬੋਲ ਰਿਹਾ ਤੇ ਅਗਲੇ ਨੇ ਚਿੱਠੀ ਉੱਥੇ ਤੇ ਐਲਜੀ ਨੂੰ ਲਿਖੀ ਆ ਸੋ ਇਸ ਲਈ ਕਹਿੰਦਾ ਜੀ 28 ਲੱਖ ਦੇ ਤਾਂ ਮਤਲਬ ਸਰਹਾਣੇ ਸਰਹਾਣੇ ਗਏ ਨੇ ਇਹਨਾਂ ਦੇ ਘਰਾਂ ਪਾਮ ਰਾਈ ਦੀਆਂ ਤਿੰਨ ਘੜੀਆਂ ਨੇ ਕਹਿੰਦਾ ਇਹ ਉਹ ਕੰਪਨੀ ਹੋਣੀ ਕੋਈ ਨਾਮ ਹੀ ਨਹੀਂ ਸੁਣੇ ਪਾਈ ਇਹ ਜੀ ਕਹਿੰਦਾ ਤਿੰਨ ਕੰਧ ਤੇ ਡੰਗਣ ਵਾਲੀਆਂ ਘੜੀਆਂ ਨੇ ਤੇ ਉਹ ਤਿੰਨਾਂ ਘੜੀਆਂ ਦੀ ਕੀਮਤ ਹੈ ਜੀ 45 ਲੱਖ ਜੀ ਤੇ ਹੁਣ ਇਹ ਹਿਸਾਬ ਇੱਕ ਪਾਸੇ ਅਗਲੇ ਕਹਿੰਦੇ 45 ਕਰੋੜ 171 ਕਰੋੜ ਲੱਗਿਆ ਜੀ ਦੂਏ ਪਾਸੇ ਕੇਜਰੀਵਾਲ ਦੇ ਸਾਥੀ ਕਹਿੰਦੇ ਕਿ ਭਾਈ 550 ਕਰੋੜ ਜਾਂ 500 ਕਰੋੜ ਤੋਂ ਵੱਧ ਪ੍ਰਧਾਨ ਮੰਤਰੀ ਦੇ ਘਰ ਤੇ ਲੱਗਿਆ ਇਹ ਆਪਸੇ ਜਵਾਬ ਤਲਵੀ ਦੇ ਬਜਾਏ ਉਹ 500 ਕਰੋੜ ਦਾ ਹਿਸਾਬ ਦੇ ਦੇਣ ਇਹ 45 ਕਰੋੜ ਦਾ ਦੇ ਦੇਣ ਤੇ ਕਾਂਗਰਸ ਕਹਿੰਦੀ ਹੁਣ 171 ਕਰੋੜ ਤੇ ਸਕੇਜ ਠੱਕ ਕਹਿੰਦਾ ਫਰਨੀਚਰ ਮੈਂ ਭੇਜਿਆ ਸਾਮਾਨ ਮੈਂ ਭੇਜਿਆ ਇਹ ਲਿਸਟ ਬਹੁਤ ਲੰਬੀ ਆ ਇਹ ਤਾਂ ਸਰਹਾਣੇ ਵੀ ਇੱਥੇ ਕਿੰਨੇ ਕਿੰਨੇ ਲੱਖਾਂ ਦੇ ਆ ਗਏ ਇੱਥੇ ਕੰਧਾਂ ਲਈ ਘੜੀਆਂ ਵੀ 15-15 ਲੱਖ ਤੋਂ ਉੱਪਰ ਦੀਆਂ ਆ ਗਈਆਂ ਹੈ ਸੱਤ-ਸੱਤ ਸ਼ੀਸ਼ੇ ਵੀ ਲੱਖਾਂ ਚਲੇ ਗਏ ਸੋ ਇਹ ਇਸ ਲਈ ਡਰੈਸਿੰਗ ਟੇਬਲ ਡਾਈਨਿੰਗ ਟੇਬਲ ਦੇ ਰੰਗ ਤੱਕ ਗੱਲੇ ਨੇ ਦੱਸਦੇ ਸੋ ਇਹ ਇਸ ਲਈ ਇਹਦਾ ਜਵਾਬ ਦੇਣ ਇਸ ਮੁਸ਼ਕਲ ਦੇ ਵਿੱਚੋਂ ਆਮ ਆਦਮੀ ਪਾਰਟੀ ਜਦੋਂ ਜਿਹੜਾ ਸਵਾਲ ਖੜਾ ਕਰਦੇ ਜਦੋਂ ਉਹਨੂੰ ਘੇਰਦੀ ਆ ਤਾਂ ਇਹ ਬਦਨਾਮੀ ਦਾ ਹੋਰ ਰਾਹ ਖੋਲਦੇ ਆ ਉ ਕਰੋਟੀ ਵਾਲ ਡੱਬੇ ਨਾਲ ਸਰ ਜਾਂਦਾ ਵੀ ਇਹ ਪਾਣੀ ਦੀ ਪੀਣ ਵਾਲੀ ਬੋਤਲ ਵੀ ਘਰੋਂ ਲੈ ਆਨੇ ਆ ਤੇ ਹੁਣ ਕਹਿੰਦੇ ਜੀ ਸਾਰਾ ਕੋਈ ਪਸੰਦ ਨਹੀਂ ਆਣੇ ਦੀ ਪਸੰਦ ਦਾ ਹੁੰਦਾ ਹੁਣ ਕਹਿੰਦੇ ਜੀ ਕੇਜਰੀ ਬਾਜ ਨੂੰ ਪਸੰਦ ਆ ਕੱਲੀਆਂ ਕੱਪੜੇ ਸਿੰਪਲ ਪਾਉਣ ਨਾਲ ਬੰਦਾ ਸਿੰਪਲ ਨਹੀਂ ਹੁੰਦਾ ਤੁਹਾਡਾ ਰਹਿਣਾ ਸਹਿਣਾ ਵਰਤ ਵਰਤਈਆ ਬੋਲਦੇ ਜੋ ਕਹਿਣੀ ਔਰ ਕਥਨੀ ਦੇ ਪੂਰੇ ਹੋਣ ਚਾਹੀਦੇ ਅੱਜ ਦੇ ਸਿਆਸਤਦਾਨ ਕਹਿਣੀ ਔਰ ਕਥਨੀ ਦੇ ਪੂਰੇ ਨਹੀਂ ਤਾਂ ਕਰਕੇ ਇਹ ਜੇ ਰੰਗ ਢੰਗ ਸਾਹਮਣੇ ਆਉਂਦੇ ਬਿਲਕੁਲ ਬਿਲਕੁਲ ਤਾਂ ਧੰਨਵਾਦ ਦੀਪਕ ਸ਼ਰਮਾ ਜਰਾ ਅਰਥ ਜੀ ਨੇ ਖਬਰਾਂ ਤੇ ਵਿਚਾਰ ਸਾਂਝੇ ਕਰਨ ਦੇ ਲਈ ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ